ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ। ਮੈਂ ਸੰਦੀਪ ਖਰਲ ਔਰ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸ਼ਵਿੰਦਰ ਸਿੰਘ ਜੀ। ਔਰ ਅੱਜ ਚਰਚਾ ਕਰਨ ਜਾ ਰਹੇ ਹਾਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ, ਯਾਨੀ ਕਿ ਜਿਹਨੂੰ ਐਗਜ਼ਿਟ ਪੋਲ ਕਹਿੰਦੇ ਆ, ਵੀ 4 ਤਰੀਕ ਨੂੰ ਜਿਹੜੇ ਨਤੀਜੇ ਆਉਣਗੇ, ਕੀ ਰੁਝਾਨ ਅੱਜ ਸਾਰਾ ਦਿਨ ਓਬਜ਼ਰਵ ਕੀਤਾ ਸ਼ਵਿੰਦਰ ਜੀ ਨੇ, ਕੀ ਜਿਹੜੇ ਨਤੀਜੇ ਆ ਉਹ ਕਿਹੜੀ ਪਾਰਟੀ ਦੇ ਹੱਕ ਚ ਆਉਣਗੇ, ਲੋਕਾਂ ਨੇ ਕਿਹੜੀ ਪਾਰਟੀ ਨੂੰ ਵੋਟ ਕੀਤਾ ਜਾਂ ਲੋਕਾਂ ਨੇ ਕੈਂਡੀਡੇਟ ਨੂੰ ਵੋਟ ਕੀਤਾ, ਇਹ ਸਾਰੀਆਂ ਗੱਲਾਂ ਤੇ ਚਰਚਾ ਕਰਾਂਗੇ। ਤੇ ਚਰਚਾ ਹੋਏਗੀ 13 ਦੇ 13 ਲੋਕ ਸਭਾ ਹਲਕਿਆਂ ਦੀ। ਸ਼ਵਿੰਦਰ ਜੀ ਸਵਾਗਤ, ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸੰਦੀਪ, ਮਿਹਰਬਾਨੀ ਜੀ। ਸ਼ਵਿੰਦਰ ਜੀ, ਚੋਣਾਂ ਮੁਕੰਮਲ ਹੋ ਚੁੱਕੀਆਂ ਨੇ ਲਗਭਗ, ਤੇ ਕੀ ਰੁਝਾਨ ਹੈ, ਕੀ ਲੱਗਦਾ ਹੈ ਵੀ 4 ਜੂਨ ਨੂੰ ਕਿਹੜੀ ਪਾਰਟੀ ਦੇ ਹੱਕ ਵਿੱਚ ਪੰਜਾਬ ਦੇ ਜਿਹੜੇ ਲੋਕ ਆ ਉਹ ਵੱਡਾ ਮੈਂਡੇਟ ਜਿਹੜਾ ਉਹ ਸੌਂਪ ਦੇਣਗੇ? ਸੰਦੀਪ ਦੇਖੋ, ਇੱਕ ਤਾਂ ਆਪਾਂ ਗਰਾਊਂਡ ਦੇ ਵਿੱਚ ਸਰਵੇ ਕੀਤਾ, ਉਹ ਲਗਭਗ ਤਾਂ ਹਾਲਤ ਉਸੇ ਤਰ੍ਹਾਂ ਹੀ ਹੈਗੀ ਹੈ। ਉਹਦੇ ਨਾਲ ਥੋੜ੍ਹੀ ਜਿਹੀ ਚੇਂਜ ਆਈ ਹੈ, ਇੱਕ ਚੀਜ਼ ਜਿਹੜੀ ਅੱਜ ਦੇਖਣ ਨੂੰ ਸਾਨੂੰ ਮਿਲੀ ਹੈ। ਹੁਣ ਪਤਾ ਨਹੀਂ, ਪਹਿਲੀ ਗੱਲ ਤਾਂ ਮੈਂ ਤਾਂ ਇਹਨੂੰ ਐਗਜ਼ਿਟ ਪੋਲ ਵੀ ਨਹੀਂ ਮੰਨਦਾ ਜਿਹੜਾ ਆਪਾਂ ਕਰ ਰਹੇ ਹਾਂ, ਇੱਕ ਤਰ੍ਹਾਂ ਦਾ ਅੰਦਾਜ਼ਾ ਲਾ ਰਹੇ ਹਾਂ ਆਪਾਂ ਸਰਵੇ ਕਰ ਰਹੇ ਹਾਂ, ਅਤੇ ਜੇ ਵੀ ਆਹ ਜਿਹੜੀ ਵੋਟ ਪਈ ਹੈ ਉਹਦੇ ਆਧਾਰ ਦੇ ਉੱਤੇ ਆਪਾਂ ਸਰਵੇ ਕਰ ਰਹੇ ਹਾਂ, ਅਤੇ ਉਹ ਜਿਹੜਾ ਸਰਵੇ ਦੱਸ ਕੀ ਰਿਹਾ ਉਹਦੇ ਉੱਤੇ ਆਪਾਂ ਗੱਲ ਕਰ ਲਈਏ। ਅੱਜ ਇੱਕ 2-3 ਰੁਝਾਨ ਜਿਹੜੇ ਮੈਨੂੰ ਦੇਖਣ ਨੂੰ ਮਿਲੇ ਹੈਗੇ ਨੇ। ਇੱਕ ਤਾਂ ਜਿਹੜੀ ਸ਼ਹਿਰੀ ਖੇਤਰ ਦੀ ਜਿਹੜੀ ਵੋਟ ਥੋੜ੍ਹੀ ਜਿਹੀ BJP ਵੱਲ ਗਈ ਹੈਗੀ ਹੈ ਕੁਛ ਸ਼ਹਿਰਾਂ ਦੇ ਵਿੱਚ, ਜਿਵੇਂ ਕਿ ਤੁਹਾਡਾ ਪਟਿਆਲੇ ਦੇ ਵਿੱਚ ਗਈ ਹੈ, ਇੱਧਰ ਗੁਰਦਾਸਪੁਰ ਜਿਹੜਾ ਹਲਕਾ ਹੈਗਾ ਉੱਥੇ ਦਿਖਾਈ ਦਿੱਤੀ ਹੈ, ਥੋੜ੍ਹਾ ਜਿਹਾ ਅੰਮ੍ਰਿਤਸਰ ਦੇ ਵਿੱਚ ਦਿਖਾਈ ਦਿੱਤੀ ਹੈ, ਪਰ ਉਹ ਕਿੰਨੀ ਗਈ ਹੈ ਸਾਰੀ ਤਾਂ ਜਾਂਦੀ ਨਹੀਂ ਹੈਗੀ, ਪਰ ਉਹ ਮਤਲਬ ਵੋਕਲ ਵੋਟ ਸੀਗੀ, ਮਤਲਬ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਵੋਕਲ ਵੋਟ। ਕਈ ਵਾਰ ਵੋਕਲ ਵੋਟ ਬਹੁਤ ਜ਼ਿਆਦਾ ਹੁੰਦੀ ਹੈ, ਕਈ ਵਾਰ ਵੋਕਲ ਵੋਟ ਆਮ ਤੌਰ 'ਤੇ ਉਨੀ ਹੁੰਦੀ ਨਹੀਂ ਜਿੰਨਾ ਰੌਲਾ ਪੈਂਦਾ ਹੁੰਦਾ ਉਹ ਵੋਟ ਦਾ। ਇਸ ਤਰ੍ਹਾਂ ਇੱਕ ਸੰਭਾਵਨਾ ਜਿਹੜੀ ਹੋਰ ਹੈ ਕਿ BJP ਜਿਹੜਾ ਪਿੱਛੇ ਜਿਹੇ ਦਲਿਤ ਪੱਤਾ ਖੇਡਿਆ, ਉਹ ਦਲਿਤ ਵੋਟ ਵੀ ਸ਼ਾਇਦ ਸ਼ਿਫਟ ਹੋਈ ਹੋਵੇ, ਅਤੇ ਉਹਦੇ ਨਾਲ ਜਿਹੜਾ 2 ਧਿਰਾਂ ਦਾ ਮੁਕਾਬਲਾ ਸੀ, ਜਿਵੇਂ ਆਪਾਂ ਕਿਹਾ ਸੀ ਕਾਂਗਰਸ ਅਤੇ ਆਪ ਦੇ ਵਿੱਚ ਮੁਕਾਬਲਾ, ਉਹ ਉਹਨਾਂ ਦੀ ਜਿਹੜੀ ਹੈਗੀ ਆ ਸਿਸਟਮ ਥੋੜ੍ਹਾ ਜਿਹਾ ਹਿੱਲਿਆ ਹੋਏਗਾ, ਜਿਹੜਾ ਕੋਈ ਪਹਿਲਾਂ ਉੱਤੇ ਸੀ ਉਹ ਥੱਲੇ ਆ ਗਿਆ ਹੋਣਾ, ਥੱਲੇ ਵਾਲਾ ਉੱਤੇ ਆ ਗਿਆ ਹੋਣਾ, ਇਹ ਥੋੜ੍ਹੀ ਜਿਹੀ ਸੰਭਾਵਨਾ ਸਾਨੂੰ ਲੱਗ ਰਹੀ ਹੈਗੀ ਆ। ਤੁਸੀਂ ਇਕੱਲੇ ਇਕੱਲੇ ਹਲਕੇ ਦੀ ਗੱਲ ਕਰੋਗੇ ਤਾਂ ਮੈਂ ਉਹਦੇ 'ਤੇ ਥੋੜ੍ਹੀ ਜਿਹੀ ਗੱਲ ਕਰਦਾ ਜਾਊਂਗਾ, ਨਾਲ ਦੀ ਨਾਲ ਕੁਛ ਕੁ ਚੀਜ਼ਾਂ ਜੀ। ਸ਼ਵਿੰਦਰ ਜੀ, ਸਭ ਤੋਂ ਪਹਿਲਾਂ ਆਪਾਂ ਹਲਕੇ ਦੀ ਗੱਲ ਹੁਣ ਤੱਕ ਜਿਹੜਾ ਹਾਂਜੀ ਜੀ ਜੀ ਪਲੀਜ਼ ਜੀ ਜੀ ਤੋਂ ਪਹਿਲਾਂ ਆਪਾਂ ਅੰਮ੍ਰਿਤਸਰ ਤੋਂ ਸ਼ੁਰੂ ਕਰਦੇ ਹਾਂ। ਅੰਮ੍ਰਿਤਸਰ ਦੇ ਵਿੱਚ ਮੁਕਾਬਲਾ ਫਸਵਾਂ ਸੀਗਾ, ਕਿਹਾ ਜਾ ਰਿਹਾ ਸੀਗਾ ਵੀ ਇਹ ਜਿਹੜਾ ਚਾਰਕੋਣੀ ਮੁਕਾਬਲਾ ਹੈ, ਜਿੱਥੇ ਤਰਨਜੀਤ ਸੰਧੂ ਨੇ ਭਾਜਪਾ ਵੱਲੋਂ, ਆਮ ਆਦਮੀ ਪਾਰਟੀ ਵੱਲੋਂ ਕੁਲਦੀਪ ਧਾਲੀਵਾਲ ਨੇ, ਕਾਂਗਰਸ ਵੱਲੋਂ ਗੁਰਜੀਤ ਔਜਲਾ ਜਿਹੜੇ ਆ ਉਹ 3ਜੀ ਵਾਰੀ ਚੋਣ ਮੈਦਾਨ 'ਚ ਨੇ, ਤੇ ਇਸੇ ਤਰ੍ਹਾਂ ਅਕਾਲੀ ਦਲ ਵੱਲੋਂ ਅਨਿਲ ਜੋਸ਼ੀ ਸੀਗੇ, ਤੇ ਅੰਮ੍ਰਿਤਸਰ ਦੀ ਸਥਿਤੀ ਕੀ ਤੁਸੀਂ ਅਬਜ਼ਰਵ ਕੀਤੀ, ਕੀ ਲੱਗਦਾ ਜੋ ਵੋਟਿੰਗ ਅੱਜ ਹੋਈ ਹੈ ਅੰਮ੍ਰਿਤਸਰ ਦੇ ਵਿੱਚ? ਦੇਖੋ, ਅੰਮ੍ਰਿਤਸਰ ਦੇ ਵਿੱਚ ਇੱਕ ਤਾਂ ਮੈਨੂੰ ਥੋੜ੍ਹਾ ਜਿਹਾ ਲੱਗਿਆ ਕਿ ਅਸੀਂ ਪਿਛਲਾ ਜਿਹੜਾ ਇੱਕ ਗਰਾਊਂਡ ਤੋਂ ਆਏ ਸੀ ਉਦੋਂ ਸਾਨੂੰ ਸੀਗਾ ਵੀ ਜਿਹੜਾ ਤਰਨਜੀਤ ਸੰਧੂ ਆ ਉਹ ਸ਼ਾਇਦ 4th ਨੰਬਰ 'ਤੇ ਹੋਵੇ, ਮਤਲਬ ਉਹਦੀ ਹਾਲਤ, ਲੇਕਿਨ ਉਹ ਮੁਕਾਬਲੇ ਵਿੱਚ ਦਿਖਾਈ ਦੇ ਰਿਹਾ, 3rd ਜਾਂ 2 ਦੀ ਲੜਾਈ ਦਿਖਾਈ ਦੇ ਰਹੇ ਹੈਗੇ ਆ, ਅਤੇ ਇਹਦੇ ਵਿੱਚ ਫਿਰ ਆ ਗਿਆ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਅਸੀਂ ਮੁਕਾਬਲੇ ਦੀ ਗੱਲ ਕੀਤੀ ਸੀਗੀ, ਠੀਕ ਹੈ। ਦੂਸਰਾ ਸੀ ਕਿ ਅਸੀਂ ਕਿ ਜਿਹੜਾ ਅਨਿਲ ਜੋਸ਼ੀ ਅਕਾਲੀ ਉਮੀਦਵਾਰ ਆ ਪਰ ਹਿੰਦੂ ਵੋਟ ਵੀ ਉਹ ਕੁਛ ਲੈ ਕੇ ਜਾਏਗਾ, ਲਗਭਗ ਸਮੀਕਰਨ ਉਸੇ ਤਰ੍ਹਾਂ ਹੀ ਲੱਗ ਰਹੇ ਨੇ ਵੀ ਜਿਹੜਾ ਸ਼ਾਇਦ ਇੱਥੋਂ ਫਾਇਦਾ ਜਿਹੜਾ ਕਾਂਗਰਸੀ ਉਮੀਦਵਾਰ ਔਜਲੇ ਨੂੰ ਹੋ ਜਾਊਗਾ, ਪਰ ਇਹਦੇ ਵਿੱਚ ਫਾਈਟ ਵਿੱਚ ਥੋੜ੍ਹਾ ਜਿਹਾ ਤਰਨਜੀਤ ਸੰਧੂ ਆਉਣਗੇ, ਹਾਲਾਂਕਿ ਉਹਨਾਂ ਨੂੰ ਨੁਕਸਾਨ ਇਸ ਗੱਲ ਦਾ ਹੋਏਗਾ ਕਿ ਪੇਂਡੂ ਖੇਤਰ ਵਿੱਚ ਉਹਨਾਂ ਦਾ ਵਿਰੋਧ ਤਕੜਾ ਸੀਗਾ। ਜਿਹੜੇ ਪੇਂਡੂ ਖੇਤਰ ਹੈ ਇਹਦੇ ਵਿੱਚ ਜੇ ਤੁਸੀਂ ਦੇਖੋ ਕਿ 3-4 ਸੀਟਾਂ ਤਾਂ ਇੱਦਾਂ ਦੀਆਂ ਹੋ ਗਈਆਂ ਜਿਹੜੀਆਂ ਕਿ 4 ਜਾਂ 5 ਕਹਿ ਲਓ, ਜਿਹੜੀ ਕਿ ਥੋੜ੍ਹਾ ਸ਼ਹਿਰੀ ਪ੍ਰਭਾਵ ਵਾਲੀਆਂ ਸੀਟਾਂ ਹੈਗੀਆਂ ਨੇ,
ਬਾਕੀ ਜਿਹੜਾ ਚਾਰ ਸੀਟਾਂ ਜਿਹੜੀਆਂ ਪੇਂਡੂ ਵਾਲੀਆਂ ਨੇ। ਜੇ ਸ਼ਹਿਰੀ ਵਿੱਚ ਜਿਹੜੀ ਹੈਗੀ ਆਮ ਤੌਰ ਦੇ ਉੱਤੇ ਵੋਟ ਤਿੰਨਾਂ ਵਿੱਚ ਹੀ ਵੰਡੀ ਜਾਂਦੀ ਹੈਗੀ ਜੇ ਅਸੀਂ, ਕਿਉਂਕਿ ਇਹ ਤਾਂ ਹੁੰਦਾ ਨਹੀਂ ਹੈਗਾ ਵੀ ਸਾਰੀ ਵੋਟ ਉੱਧਰ ਗਈ ਹੋਏਗੀ, ਸੰਧੂ ਦੀ ਵੋਟ ਵਧੀ ਹੈ, ਪਰ ਇਹ ਨਹੀਂ ਕਿ ਉਹ ਸਾਰੀ ਵੋਟ ਸ਼ਹਿਰ ਦੀ ਸੰਧੂ ਨੂੰ ਹੀ ਪੈ ਜਾਵੇ। ਜਾਂ ਫਿਰ ਜਿਹੜਾ ਇੱਕ ਸਾਡਾ ਪੁਰਾਣਾ ਮੈਥਡ ਹੁੰਦਾ ਵੀ ਸਾਰਾ ਸ਼ਹਿਰ ਜਿਹੜਾ ਜੀ ਹਿੰਦੂ ਭਾਈਚਾਰੇ ਦਾ, ਬਾਕੀ ਪਿੰਡ ਸਿੱਖ ਭਾਈਚਾਰੇ ਦੇ, ਇਹ ਵੀ ਨਹੀਂ ਹੁੰਦੇ ਹੈਗੇ, ਕਿਉਂਕਿ ਬਹੁਤ ਸਾਰੀ ਜਿਹੜੀ ਪੰਜਾਬ 'ਚ ਪਿਛਲੇ ਸਮੇਂ 'ਚ ਜਨਤਾ ਜਿਹੜੀ ਹੈ ਉਹ ਪਿੰਡਾਂ ਦੇ ਵਿੱਚ, ਪਿੰਡਾਂ ਤੋਂ ਸ਼ਹਿਰਾਂ ਵੱਲ ਵੀ ਗਈ ਹੈਗੀ ਆ। ਇੱਕ ਅੰਮ੍ਰਿਤਸਰ ਦਾ ਇੱਕ ਆਪਣਾ ਮਜਾਜ ਹੈਗਾ ਜਿੱਥੇ ਮਤਲਬ ਹਿੰਦੂ ਭਾਈਚਾਰੇ ਦੀ ਵੀ ਵੋਟ ਹੈ ਅਤੇ ਸਿੱਖ ਭਾਈਚਾਰੇ ਦੀ ਵੀ ਚੰਗੀ ਵੋਟ ਹੈ। ਹੁਣ ਮਸਲਾ ਇੱਥੇ ਆ ਜਾਂਦਾ ਕਿ ਅਨਿਲ ਜੋਸ਼ੀ ਹੈ, ਉਹਨੇ ਵੀ ਆਪਣੇ ਵੱਲ ਹਿੰਦੂ ਵੋਟ ਖਿੱਚੀ ਹੈ ਕੁਛ। ਫਿਰ ਤੁਸੀਂ ਦੇਖੋ ਕਿ ਜਿਹੜੇ ਸ਼ਹਿਰੀ ਏਰੀਏ ਵਿੱਚ ਹੋ ਸਕਦਾ ਕਿ ਤਰਨਜੀਤ ਸੰਧੂ ਨੂੰ ਜਿੰਨਾ ਅਸੀਂ ਅਕਲ ਮੰਨਿਆ ਸੀ ਉਸ ਤੋਂ ਉਹਨਾਂ ਦੀ ਵੋਟ ਵਧੀ ਹੋਏਗੀ। ਕੁੱਲ ਮਿਲਾ ਕੇ ਜੋ ਅਸੀਂ ਸਿੱਟਾ ਕੱਢਦੇ ਹਾਂ ਜੋੜ ਘਟਾਓ ਦਾ, ਉਹ 'ਚ ਜਿਹੜੇ ਔਜਲਾ ਹੋਣਾ ਦਾ ਹੀ ਹਾਲੇ ਅੱਜ ਦਿਖਾਈ ਦੇ ਰਿਹਾ। ਇਹਦੇ ਨਾਲ ਹੀ ਆਪਾਂ ਗੱਲ ਕਰਦੇ ਹਾਂ ਗੁਰਦਾਸਪੁਰ ਦੀ, ਤਾਂ ਗੁਰਦਾਸਪੁਰ ਦੇ ਵਿੱਚ ਸ਼ਹਿਰੀ ਕਲਸੀ ਆਮ ਆਦਮੀ ਪਾਰਟੀ ਤੋਂ ਸੁਖਜਿੰਦਰ ਰੰਧਾਵਾ, ਕਾਂਗਰਸ ਤੋਂ ਡਾਕਟਰ ਦਲਜੀਤ ਚੀਮਾ ਜਿਹੜੇ ਆ ਉਹ ਅਕਾਲੀ ਦਲ ਤੋਂ ਨੇ, ਤੇ ਭਾਜਪਾ ਤੋਂ ਦਿਨੇਸ਼ ਸਿੰਘ ਬੱਬੂ ਨੇ। ਇਹਨਾਂ ਦੇ ਵਿੱਚ ਤੁਸੀਂ ਕੀ ਦੇਖਿਆ ਵੀ ਇੱਥੋਂ ਕੌਣ ਬਾਜ਼ੀ ਮਾਰ ਸਕਦਾ, ਕਿਹੜਾ ਉਮੀਦਵਾਰ ਜਿਹੜਾ ਉਹ ਜਿੱਤ ਸਕਦਾ? ਮੈਨੂੰ ਇੱਥੇ ਤਿਕੋਣੀ ਮੁਕਾਬਲਾ ਲੱਗਿਆ ਹੁਣ ਜਿਹੜੀਆਂ ਵੋਟਾਂ ਪਈਆਂ ਨੇ। ਪਿਛਲੀ ਵਾਰ ਤੁਹਾਨੂੰ ਯਾਦ ਹੋਣਾ ਕਿ ਮੈਂ ਕਿਹਾ ਸੀ ਕਿ ਇੱਥੋਂ ਕਾਂਗਰਸ ਨੰਬਰ ਇੱਕ ਤੇ ਦਿਖਾਈ ਦੇ ਰਹੀ ਸੀ, ਸੈਕਿੰਡ ਆਪ ਦਿਖਾਈ ਦੇ ਰਹੀ ਸੀ, ਥਰਡ ਤੇ ਫੋਰਥ ਦਾ ਜਿਹੜਾ ਥਰਡ ਬੀਜੇਪੀ, ਫੋਰਥ ਦੇ ਵਿੱਚ ਮੁਕਾਬਲਾ ਮੈਂ BSP ਆਪਣਾ ਅਕਾਲੀ ਦਲ ਦਾ ਕਹਿ ਰਿਹਾ ਸੀਗਾ, ਮਾਫ ਕਰਨਾ। ਇੱਥੇ ਜਿਹੜਾ ਹੁਣ ਮੈਨੂੰ ਇਹ ਲੱਗ ਰਿਹਾ ਹੈਗਾ ਕਿ ਬੀਜੇਪੀ ਸ਼ਾਇਦ ਥਰਡ ਤੋਂ ਸੈਕਿੰਡ ਵੱਲ ਸ਼ਿਫਟ ਹੋਵੇ। ਕਾਂਗਰਸ ਨੂੰ ਤਾਂ ਫਾਇਦਾ ਹੋ ਰਿਹਾ ਵੀ ਇੱਕ ਤਾਂ ਦੇਖੋ ਜਿਹੜਾ ਬੀਜੇਪੀ ਗੁਰਦਾਸਪੁਰ ਤੋਂ ਸਨੀ ਦਿਓਲ ਦਾ ਜਿਹੜਾ ਇੱਕ ਪਹਿਲਾਂ MP ਰਿਹਾ ਉਹਦਾ ਲਗਾਤਾਰ ਵਿਰੋਧ ਹੁੰਦਾ ਰਿਹਾ ਕਿ ਉਹ ਹਲਕੇ 'ਚ ਨਹੀਂ ਬਣਿਆ, ਉਹ ਵੀ ਦੇਖਿਆ। ਦੋ ਤਿੰਨ ਹਲਕੇ ਹੈਗੇ ਨੇ ਜਿਹੜੇ ਪਠਾਨਕੋਟ ਸਾਈਡ ਦੇ ਏਰੀਏ ਹੈਗੇ ਨੇ, ਉੱਥੇ ਮਤਲਬ ਤੁਸੀਂ ਦੇਖੋ ਕਿ ਫਾਇਦਾ ਜਿਹੜਾ ਹੈਗਾ ਸਾਨੂੰ ਦੋ ਤਿੰਨ ਸੀਟਾਂ 'ਤੇ ਲੀਡ ਕਰ ਰਹੀ ਹੈਗੀ ਆ, ਦਿਖਾਈ ਲੀਡ ਨਹੀਂ ਮਤਲਬ ਐਂ ਲੱਗ ਜਿਹੜੀਆਂ ਸੀਟਾਂ ਨੇ ਉੱਥੇ ਜਿਹੜਾ ਫਸਟ ਮੁਕਾਬਲਾ ਕਾਂਗਰਸ ਨਾਲ ਹੋ ਰਿਹਾ ਹੈਗਾ, ਕਾਂਗਰਸ ਬੀਜੇਪੀ ਤੇ ਆਪ ਤੇ ਨਹੀਂ ਹੈਗੇ ਨੇ। ਇਹ ਜਦੋਂ ਆਪਾਂ ਪੂਰਾ ਜੋੜ ਘਟਾਓ ਕੱਢਦੇ ਹਾਂ, ਇਹ ਜੋੜ ਘਟਾਓ ਦੇ ਵਿੱਚੋਂ ਜਿਹੜੀ ਚੀਜ਼ ਸਾਹਮਣੇ ਸਾਡੇ ਕੋਲ ਆਉਂਦੀ ਹੈਗੀ ਆ ਉਹ ਇਹੀ ਆਉਂਦੀ ਹੈ ਕਿ ਇੱਥੋਂ ਹਾਲੇ ਵੀ ਸੁਖਜਿੰਦਰ ਰੰਧਾਵਾ ਨੂੰ ਉਹਨਾਂ ਦੀ ਆਪਣੀ ਹਸਤੀ ਦਾ, DPCM ਰਹੇ ਨੇ, ਪਰਸਨੈਲਿਟੀ ਦਾ ਉਹਦਾ ਫਾਇਦਾ ਮਿਲਦਾ ਹੋਇਆ ਦਿਖਾਈ ਦੇ ਰਿਹਾ ਜੀ। ਸਰ ਪਰਸਨੈਲਿਟੀ ਦਾ ਫਾਇਦਾ ਖਡੂਰ ਸਾਹਿਬ ਦੇ ਵਿੱਚ ਅੰਮ੍ਰਿਤਪਾਲ ਨੂੰ ਮਿਲ ਰਿਹਾ, ਖਡੂਰ ਸਾਹਿਬ ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਨੇ, ਆਮ ਆਦਮੀ ਪਾਰਟੀ ਵੱਲੋਂ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ, ਭਾਜਪਾ ਵੱਲੋਂ ਮਨਜੀਤ ਸਿੰਘ ਮੰਨਾ ਨੇ ਤੇ ਆਜ਼ਾਦ ਨੇ ਅੰਮ੍ਰਿਤਪਾਲ ਸਿੰਘ, ਇੱਥੇ ਇਹਨਾਂ ਨੂੰ ਫਾਇਦਾ ਮਿਲ ਰਿਹਾ ਇਹਨਾਂ ਦੀ ਸ਼ਖਸੀਅਤ ਦਾ? ਮਿਲ ਰਿਹਾ, ਹਾਲਾਂਕਿ ਤਿਕੋਣਾ ਮੁਕਾਬਲਾ ਹੈਗਾ, ਬੜਾ ਫਸਵਾਂ ਮੁਕਾਬਲਾ ਹੈਗਾ। ਇਹਦੇ ਵਿੱਚ ਤਿਕੋਣੇ 'ਚ ਦੇਖੋ ਅੰਮ੍ਰਿਤਪਾਲ ਉਸੇ ਤਰ੍ਹਾਂ ਹੀ ਖੜਾ ਹੈਗਾ, ਕੁਝ ਕਹਿ ਰਹੇ ਨੇ ਕਿ ਜੀ ਅੰਮ੍ਰਿਤਪਾਲ ਵਰਸਸ ਕਾਂਗਰਸ ਦਾ ਜਿਹੜਾ ਉਮੀਦਵਾਰ ਹੈਗਾ ਜੀਰਾ, ਕੁਝ ਕਹਿ ਰਹੇ ਕਿ ਨਹੀਂ ਜੀ ਜਿਹੜਾ ਹੈਗਾ ਕਿ ਲਾਲਜੀਤ ਭੁੱਲਰ ਨੇ ਆਪ ਦੇ। ਪਰ ਤੁਸੀਂ ਦੇਖੋ ਕਿ ਇੱਕ ਚੀਜ਼ ਮੰਨ ਕੇ ਚੱਲੋ ਵੀ ਮੁਕਾਬਲੇ 'ਚ ਕਦੇ ਜ਼ੀਰਾ ਪਿੱਛੇ ਜਾਂ ਕਦੇ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਭੁੱਲਰ ਪਿੱਛੇ ਕਹਿ ਰਿਹਾ, ਪਰ ਅੰਮ੍ਰਿਤਪਾਲ ਉਸੇ ਤਰ੍ਹਾਂ ਹੀ ਸਸਟੇਨ ਕਰ ਰਿਹਾ ਹੈਗਾ, ਉਹ ਉਸੇ ਤਰ੍ਹਾਂ ਹੀ ਖੜਾ। ਇਹਦਾ ਮਤਲਬ ਅੰਮ੍ਰਿਤਪਾਲ ਉੱਥੋਂ ਸੋਲਿਡ ਕੈਂਡੀਡੇਟ ਹੈਗਾ, ਔਰ ਅੰਮ੍ਰਿਤਸਰ ਅੰਮ੍ਰਿਤਪਾਲ ਦੀ ਜਿੱਤਣ ਦੇ ਚਾਂਸ ਵੀ ਦਿਖਾਈ ਦੇ ਰਹੇ ਨੇ। ਹਾਲਾਂਕਿ ਮੈਂ ਇਸ ਸੀਟ ਨੂੰ ਕਾਫ਼ੀ ਉਹਦੇ ਵਿੱਚ ਰੱਖਿਆ ਹੋਇਆ ਸੀਗਾ, ਇੱਕ ਉਲਝਣ ਵਾਲੀ ਸੀਟ ਜਿਹਦੇ ਬਾਰੇ ਤੁਸੀਂ ਕਹਿ ਨਹੀਂ ਸਕਦੇ। ਹੁਣ ਵੀ ਜਿਹੜੀ ਵੋਟਿੰਗ ਹੋਈ ਹੈ, ਕਿਉਂਕਿ ਵੋਟਿੰਗ ਦੇਖੋ ਦੋ ਚੀਜ਼ਾਂ ਨੇ, ਜਦੋਂ ਤੱਕ ਮੈਂ ਇਹਦੀ ਵੋਟਿੰਗ ਨੋਟ ਕੀਤੀ ਸੀ ਉਹ ਲਗਭਗ ਉਹਦਾ ਪੈਟਰਨ ਉਹੀ ਸੀਗਾ ਜਿਵੇਂ ਪੰਜਾਬ ਦੇ ਦੂਜੇ ਇਲਾਕਿਆਂ ਦੇ ਵਿੱਚ ਵੋਟਿੰਗ ਪਈ ਹੈ। ਵੋਟਿੰਗ ਜ਼ਿਆਦਾ ਨਹੀਂ ਪਈ ਹੈਗੀ, ਇਹ ਵੋਟ ਜ਼ਿਆਦਾ ਨਹੀਂ ਪਈ ਹੈਗੀ। ਜੇ ਮਤਲਬ ਕੋਈ ਐਂ ਹਵਾ ਹੁੰਦੀ ਤਾਂ ਵੋਟ ਬਹੁਤ ਪੈਂਦੀ, ਪਰ ਮੇਰੇ ਖਿਆਲ ਜਿੰਨੀ ਵੋਟ ਪਈ ਹੈ ਉਹ ਸ਼ਾਇਦ
ਹੋ ਸਕਦਾ ਉਹਦੇ ਵਿੱਚ ਅੰਮ੍ਰਿਤਪਾਲ ਦੇ ਜਿਹੜੇ ਬੰਦੇ ਨੇ ਉਹ ਐਕਟਿਵ ਰਹੇ ਹੈਗੇ ਨੇ। ਇਸ ਕਰਕੇ ਇਹ ਸੀਟ ਨੂੰ ਮੈਂ ਥੋੜ੍ਹੀ ਜਿਹੀ ਹਾਲੇ ਇਹ ਡਿਫੀਕਲਟ ਸੀਟ ਮੰਨਦੇ ਹੋਏ ਵੀ ਅੰਮ੍ਰਿਤਪਾਲ ਨੂੰ ਜ਼ਿਆਦਾ ਨੰਬਰ ਦੇਣਾ ਪਸੰਦ ਕਰਾਂਗਾ। ਸਰ ਇਹਦੇ ਨਾਲ ਹੀ ਆਪਾਂ ਗੱਲ ਕਰਦੇ ਹਾਂ ਫਿਰੋਜ਼ਪੁਰ। ਫਿਰੋਜ਼ਪੁਰ ਤੋਂ ਅਕਾਲੀ ਦਲ ਵੱਲੋਂ ਸੀਗੇ ਬੌਬੀ ਮਾਨ, ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਕਾਕਾ ਬਰਾੜ, ਭਾਜਪਾ ਵੱਲੋਂ ਫਿਰੋਜ਼ਪੁਰ ਦੇ ਵਿੱਚ ਕੈਂਡੀਡੇਟ ਬਣਾਇਆ ਗਿਆ ਗੁਰਮੀਤ ਸਿੰਘ ਸੋਢੀ ਨੂੰ। ਕਾਂਗਰਸ 'ਚ ਹੁੰਦੇ ਸੀ, ਲੰਮਾ ਸਮਾਂ ਕਾਂਗਰਸ ਦੇ ਵਿੱਚ ਰਹੇ, ਫਿਰ ਭਾਜਪਾ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਬਣਾਇਆ ਤੇ ਆਪਣਾ ਮਾਫ਼ ਕਰਨਾ ਭਾਜਪਾ ਨੇ ਉਮੀਦਵਾਰ ਬਣਾਇਆ ਤੇ ਕਾਂਗਰਸ ਵੱਲੋਂ ਸੀਗੇ ਉੱਥੇ ਆਪਣਾ ਸ਼ੇਰ ਸਿੰਘ ਘੁਪਾਇਆ। ਇੱਥੇ ਮੁਕਾਬਲਾ ਕਿੱਦਾਂ ਦਾ ਜੀ? ਥੋੜ੍ਹਾ ਜਿਹਾ ਸ਼ਿਫਟ ਇਹੀ ਹੋਈ ਹੈ ਕਿ ਬੀਜੇਪੀ ਦੀ ਥੋੜ੍ਹੀ ਵੋਟ ਵੱਧ ਸਕਦੀ ਹੈ ਫਿਰੋਜ਼ਪੁਰ ਵਾਲੇ ਏਰੀਏ ਦੇ ਵਿੱਚ। ਦੇ ਕਹਿ ਲਓ ਸੁਨੀਲ ਜਾਖੜ, ਉਹਨਾਂ ਦਾ ਵੀ ਮਾੜਾ ਮੋਟਾ ਪ੍ਰਭਾਵ ਸਾਬਤ ਹੋ ਸਕਦਾ, ਜੋ ਅੱਜ ਥੋੜ੍ਹਾ ਜਿਹਾ ਪੈਟਰਨ ਮੈਨੂੰ ਸਮਝ ਆਇਆ, ਕਿਉਂਕਿ ਇਹਦੇ ਬਾਰੇ ਜਿੰਨਾ ਕਿ ਮੈਂ ਸਟੱਡੀ ਕਰ ਸਕਿਆ, ਕਿਉਂਕਿ ਇੱਕ ਤਾਂ ਸਟੱਡੀ ਸੀ ਉਹਨੂੰ ਗਰਾਊਂਡ ਵਾਲੀ ਸਟੱਡੀ, ਲੇਕਿਨ ਜਿਹੜੀ ਹੁਣ ਸਟੱਡੀ ਆ ਵੋਟਾਂ ਪੈਣ ਤੋਂ ਬਾਅਦ ਜਿੰਨੀ ਕੁ ਮੇਰੇ ਸਮਝ ਆਈ ਹੈਗੀ ਆ, ਕਿਉਂਕਿ ਉੱਥੇ ਇੱਥੇ ਮੈਂ ਉਸ ਤਰ੍ਹਾਂ ਨਹੀਂ ਕਰ ਸਕਿਆ, ਵੋਟਾਂ ਨੂੰ ਨਹੀਂ ਮੈਂ ਪੜ੍ਹ ਸਕਿਆ ਹੈਗਾ, ਕਿਉਂਕਿ ਖੁਦ ਜਿਹੜਾ ਥੋੜ੍ਹਾ ਦੂਰ ਸੀਗਾ ਉਸ ਤਰ੍ਹਾਂ ਸੋਰਸ ਵੀ ਨਹੀਂ ਵਰਤਿਆ ਜਿਵੇਂ। ਪਰ ਇਹਦੇ ਵਿੱਚ ਇੱਕ ਚੀਜ਼ ਤਾਂ ਥੋੜ੍ਹੀ ਬੀਜੇਪੀ ਦੀ ਵੋਟ ਵਧੇਗੀ, ਇਹਦੇ ਨਾਲ ਨਾਲ ਜਿਹੜਾ ਹੈਗਾ ਸ਼ੇਰ ਸਿੰਘ ਘੁਬਾਇਆ ਦਾ ਹਾਲੇ ਅਪਰ ਹੈਂਡ ਹੀ ਮੈਨੂੰ ਲੱਗ ਰਿਹਾ, ਕਿਉਂਕਿ ਉਹਦਾ ਜਿਹੜਾ ਘੁਬਾਇਆ ਬਰਾਦਰੀ ਦੀ ਵੱਡੀ ਵੋਟ ਬੈਂਕ ਹੈ ਉਹ ਸ਼ੇਰ ਸਿੰਘ ਘੁਬਾਇਆ ਦਾ ਸਾਥ ਦਿੰਦੀ ਹੋਈ ਦਿਖਾਈ ਦੇ ਰਹੀ ਹੈ। ਇਹਦੇ ਨਾਲ ਹੀ ਸਰ ਜੇ ਆਪਾਂ ਗੱਲ ਕਰੀਏ ਮੋਗਾ ਸੀਟ ਦੀ, ਮੋਗਾ ਫਰੀਦਕੋਟ ਸੀਟ ਦੀ, ਫਰੀਦਕੋਟ ਦੇ ਵਿੱਚ ਹੰਸਰਾਜ ਹੰਸ ਜਿਹਨਾਂ ਦਾ ਵਿਰੋਧ ਬਹੁਤ ਜ਼ਿਆਦਾ ਹੋਇਆ, ਉਸ ਉਹਨਾਂ ਦੇ ਪੈਟਰਨ ਦੇ ਉੱਤੇ ਹੀ ਉਹਨਾਂ ਦੇ ਕਹਿ ਲਈਏ ਵੀ ਕਲਾਕਾਰੀ ਭਾਈਚਾਰੇ ਜੋ ਕਰਮਜੀਤ ਅਨਮੋਲ, ਉਹਨਾਂ ਨੂੰ ਕਲਾਕਾਰਾਂ ਦਾ ਸਾਥ ਮਿਲਿਆ। ਇਸੇ ਤਰ੍ਹਾਂ ਰਾਜਵਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਤੋਂ, ਉੱਥੇ ਕੀ ਸਥਿਤੀਆਂ ਨੇ ਫਰੀਦਕੋਟ ਦੇ ਵਿੱਚ? ਫਰੀਦਕੋਟ ਦੋ ਤਿੰਨ ਚੀਜ਼ਾਂ ਨੇ। ਇੱਕ ਤਾਂ ਜਿਹੜੀ ਦਲਿਤ ਵੋਟ ਹੈ ਉਹ ਸ਼ਾਇਦ ਉਹਦੇ ਵਿੱਚ ਹੰਸਰਾਜ ਹੰਸ ਨੇ ਮਾੜੀ ਮੋਟੀ ਸੇਂਧ ਲਾਉਣ ਦੀ ਕੋਸ਼ਿਸ਼ ਕੀਤੀ ਲੱਗਦੀ ਹੈਗੀ ਆ, ਜਾਪਦੀ ਹੈਗੀ ਆ, ਉਹ ਵੋਟ ਹੁਣ ਜਿਹੜੀ ਕਿਹਦਾ ਨੁਕਸਾਨ ਕਰੇਗੀ, ਕਿਉਂਕਿ ਉੱਥੇ ਇੱਕ ਸਮੇਂ ਤਾਂ ਜਿਹੜਾ ਮੁਕਾਬਲੇ ਵਿੱਚ ਇਕੱਲੇ ਹੀ ਕਰਮਜੀਤ ਅਨਮੋਲ ਸੀਗਾ ਜਦੋਂ ਮੈਂ ਗਰਾਊਂਡ ਸੀਗਾ ਤੁਹਾਨੂੰ ਦੱਸਿਆ ਸੀਗਾ, ਮੇਰੇ ਗਰਾਊਂਡ ਤੋਂ ਬਾਅਦ ਜਿਹੜਾ ਹੈਗਾ ਦੋ ਚਾਰ ਦਿਨਾਂ ਦੇ ਵਿੱਚ ਹੀ ਹਨੇਰੀ ਚੱਲੀ ਸਰਬਜੀਤ ਸਿੰਘ ਖਾਲਸਾ ਦੀ, ਤੇ ਉਹ ਇਕਦਮ ਚੱਲੀ। ਮਤਲਬ ਮੈਨੂੰ ਲੱਗਦਾ ਕਿ ਇਹ ਸੀਟ ਜਿਹੜੀ ਕਾਫੀ ਨੈਕ ਟੂ ਨੈਕ ਫਾਈਟ ਵਾਲੀ ਹੈਗੀ ਆ, ਕਿਉਂਕਿ ਅੱਜ ਜਦੋਂ ਮੈਂ 12 ਕੁ ਵਜੇ ਥੋੜ੍ਹਾ ਸੰਪਰਕ ਕੀਤਾ ਵੱਖ ਵੱਖ ਇਲਾਕਿਆਂ ਦੇ ਵਿੱਚ ਉਹਦੇ ਨਾਲ ਸੰਪਰਕ ਕਰਨ ਦੀ, ਸਰਬਜੀਤ ਖਾਲਸਾ ਦੇ ਬੰਦਿਆਂ ਦੇ ਨਾਲ ਵੀ ਤੇ ਉੱਥੋਂ ਦੇ ਲੋਕਾਂ ਦੇ ਨਾਲ ਵੀ ਜਿਹੜੇ ਮੇਰੇ ਜਾਣਕਾਰ ਸੀਗੇ ਲੋਕ ਉੱਥੇ, ਉਦੋਂ ਤੱਕ ਤਾਂ ਆਪਣਾ ਸੰਦੀਪ ਸਰਬਜੀਤ ਖਾਲਸਾ ਦੇ ਹੱਕ ਦੇ ਵਿੱਚ ਕਹਿੰਦੇ ਕੋਈ ਜਿਵੇਂ ਮੁਹਿੰਮ ਸੀਗੀ, ਵੋਟਾਂ ਉੱਤੇ ਜਿਹੜਾ ਹੈਗਾ ਉਸ ਤਰ੍ਹਾਂ ਦੀ ਚੀਜ਼ ਦਿਖਾਈ ਨਹੀਂ ਦਿੱਤੀ ਸੀਗੀ। ਮਤਲਬ ਇਹਦਾ ਮਤਲਬ ਇਹ ਹੈਗਾ ਕਿ ਜਾਂ ਤਾਂ ਉਹ ਵੋਟਰ ਵੋਕਲ ਬਹੁਤ ਸੀਗੇ, ਜਾਂ ਉਹ ਜਿਹੜੇ ਹੈਗੇ ਆ ਵੋਟਰ ਜਿਹੜੇ ਹੈਗੇ ਆ ਉਹ ਜਿਹੜੀ ਹੈਗੀ ਆ ਕਿ ਸ਼ਾਇਦ ਉਹਦੀ ਇੱਕ ਜਦੋਂ ਵੋਟਰ ਆਪਾਂ ਕਹਿੰਦੇ ਹਨੇਰੀ ਚੱਲਦੀ ਹੁੰਦੀ ਆ, ਵੋਟਰ ਬਹੁਤ ਹੱਕ 'ਚ ਹੁੰਦੇ ਨੇ, ਉਹਨਾਂ ਦੀ ਖਾਸ ਗਿਣਤੀ ਹੁੰਦੀ ਆ, ਲੱਖ, 1.5 ਲੱਖ, 2 ਲੱਖ, ਨਾ ਇਸ ਤਰ੍ਹਾਂ ਦੀ ਗਿਣਤੀ ਹੁੰਦੀ ਹੈ, ਤੇ ਜੇਕਰ ਉਹ ਗਿਣਤੀ ਨੂੰ ਕੋਈ ਦੂਜਾ ਪਾਰ ਕਰ ਲੈਂਦਾ ਤਾਂ ਉਹ ਕੈਂਡੀਡੇਟ ਹਾਰ ਜਾਂਦਾ, ਜੇ ਉਹਨੂੰ ਕੋਈ ਪਾਰ ਨਹੀਂ ਕਰ ਸਕਦਾ ਹੁੰਦਾ ਫਿਰ ਉਹਦਾ ਚਾਂਸ ਬਣ ਸਕਦਾ ਹੁੰਦਾ। ਫਿਲਹਾਲ ਇਹ ਸੀਟ ਤੋਂ ਹਾਲੇ ਵੀ ਮੈਂ ਗਲਤ ਵੀ ਹੋ ਸਕਦਾ, ਕਿ ਮੈਨੂੰ ਲੱਗਦਾ ਕਿ ਇੱਥੇ ਫਸਵਾਂ ਮੁਕਾਬਲਾ ਹੋਏਗਾ, ਬਹੁਤ ਘੱਟ ਵੋਟਾਂ ਨਾਲ ਇਹਦਾ ਫੈਸਲਾ ਹੋਏਗਾ, ਤੇ ਕਰਮਜੀਤ ਅਨਮੋਲ ਹਾਲੇ ਮੈਨੂੰ ਇੱਥੋਂ ਥੋੜ੍ਹਾ ਜਿਹਾ ਅੱਗੇ ਦਿਖਾਈ ਦਿੰਦਾ ਹੋਇਆ ਲੱਗ ਰਿਹਾ ਹੈ। ਤੇ ਸਰ ਇਸੇ ਤਰ੍ਹਾਂ ਜੇ ਗੱਲ ਕਰੀਏ ਆਪਾਂ ਸੰਗਰੂਰ ਦੀ, ਮੁੱਖ ਮੰਤਰੀ ਦਾ ਆਪਣਾ ਹਲਕਾ ਲੋਕ ਸਭਾ, ਉੱਥੋਂ ਹੀ ਮੁੱਖ ਮੰਤਰੀ ਜਿੱਤੇ ਸੀਗੇ, ਉੱਥੇ ਸੁਖਪਾਲ ਖਹਿਰਾ ਜਿਹੜੇ ਕਾਂਗਰਸ ਵੱਲੋਂ ਭੇਜੇ ਗਏ ਮੀਤ ਹੇਅਰ, ਆਮ ਆਦਮੀ ਪਾਰਟੀ ਵੱਲੋਂ ਇਕਬਾਲ ਸਿੰਘ ਝੁੰਦਾ ਜਿਹੜਾ ਅਕਾਲੀ ਦਲ ਵੱਲੋਂ, ਇਸੇ ਤਰ੍ਹਾਂ ਉੱਥੇ ਜਿਹੜਾ ਵਾ ਹੋਰ ਉਮੀਦਵਾਰ ਜਿਹੜੇ ਸੀਗੇ, ਉੱਥੇ ਮੁਕਾਬਲਾ ਕਿੱਦਾਂ ਦਾ? ਸੰਗਰੂਰ ਨੇ 3-4 ਵਾਰ ਆਪਣਾ ਰੁੱਖ ਬਦਲਿਆ ਹੈਗਾ। ਇੱਕ ਤਾਂ ਜਦੋਂ ਅਸੀਂ ਗਰਾਊਂਡ 'ਚ ਸੀਗੇ ਉਦੋਂ ਮੁਕਾਬਲਾ ਮੀਤ ਹੇਅਰ ਅਤੇ ਸੁਖਪਾਲ ਖਹਿਰਾ ਦੇ ਵਿਚਕਾਰ ਲੱਗ ਰਿਹਾ ਸੀ, ਮਾਨ ਕਿਸੇ ਮੁਕਾਬਲੇ ਵਿੱਚ ਸਾਨੂੰ ਦਿਖਾਈ ਨਹੀਂ ਸੀ ਦੇ ਰਹੇ ਹੈਗੇ, ਨੰਬਰ 1। ਉਸ ਤੋਂ ਬਾਅਦ ਕੀ ਹੋਇਆ ਕਿ ਮੁਕਾਬਲਾ ਬਦਲਿਆ, ਮਾਨ ਅਤੇ ਮੀਤ ਹੇਅਰ ਦੇ ਵਿਚਕਾਰ ਦਿਖਾਈ ਦਿੱਤਾ,
ਫਿਰ ਜਦੋਂ ਅੱਜ ਅੱਜ ਜਿਹੜੀ ਵੋਟ ਪਈ ਹੈ, ਵੋਟ ਦਾ ਜਿਹੜਾ ਹੈਗਾ ਚੀਜ਼ ਸਾਹਮਣੇ ਆਈ ਹੈ, ਮਲੇਰਕੋਟਲੇ ਦੇ ਵਿੱਚ ਕਹਿੰਦੇ ਕਿ ਵੋਟ ਜਿਹੜੀ ਹੈਗੀ ਵੰਡੀ ਗਈ ਹੈ ਮਾਨ ਤੇ ਸੁਖਪਾਲ ਖੇਰੇ ਨੂੰ ਗਈ ਹੈ। ਜੇ ਇਹ ਪੈਟਰਨ ਰਹਿੰਦਾ ਵਾ ਤਾਂ ਇਹਦੇ ਵਿੱਚ ਸਾਫ਼ ਹੈ ਕਿ ਮਾਨ ਫਿਰ ਉਸ ਮੁਕਾਬਲੇ ਦੇ ਵਿੱਚੋਂ ਪਿੱਛੇ ਹੋ ਜਾਣਗੇ, ਉਹਦੇ ਵਿੱਚ ਮੀਤ ਹੇਅਰ ਦਾ ਹੱਥ ਭਾਰੂ ਹੋ ਜਾਊਗਾ ਕਿਉਂਕਿ ਪਹਿਲਾ ਮੁਕਾਬਲਾ ਦੋਹਾਂ ਦਾ ਹੀ ਰਹਿ ਗਿਆ ਨਾ। ਸੰਗਰੂਰ ਦੇ ਵਿੱਚ ਵੀ ਮੈਂ ਦੇਖ ਰਿਹਾ ਸੀਗਾ ਵੀ ਸੰਗਰੂਰ ਦੇ ਵਿੱਚ ਵੀ ਕੁਝ ਪਿੰਡਾਂ ਨੇ ਖਡੂਰ ਸਾਹਿਬ ਵਾਂਗੂ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਜਿਹੜਾ ਉਹ ਪੋਸਟਰ ਲਾ ਦਿੱਤੇ ਸੀਗੇ ਵੀ ਸਾਡੇ ਪਿੰਡ ਕੋਈ ਹੋਰ ਪਾਰਟੀ ਵਾਲਾ ਜਿਹੜਾ ਉਹ ਵੋਟ ਮੰਗਣ ਨਾ ਆਵੇ, ਅਸੀਂ ਆਪਣੀ ਵੋਟ ਜਿਹੜੀ ਆ ਇਹ ਸਿਮਰਨਜੀਤ ਸਿੰਘ ਮਾਨ ਨੂੰ ਦੇਣੀ ਆ। ਘਰਾਂ ਦੇ ਆ ਘਰਾਂ ਨੇ, ਪਿੰਡਾਂ ਦੇ ਆ ਪਿੰਡਾਂ ਨੇ ਇਹ ਫੈਸਲਾ ਜਿਹੜਾ ਇਹ ਕੀਤਾ ਸੀਗਾ ਉੱਥੇ। ਨਹੀਂ ਵੱਡੇ ਪੱਧਰ ਤੇ ਨਹੀਂ ਹੋ ਸਕਿਆ, ਕੁਛ ਪਿੰਡਾਂ ਸੀਗਾ ਮਤਲਬ ਖਡੂਰ ਸਾਹਿਬ ਵਾਂਗੂ ਨਹੀਂ ਸੀਗਾ, ਮਤਲਬ ਜਿਵੇਂ ਖਡੂਰ ਸਾਹਿਬ ਸੀ ਓਦਾਂ ਨਹੀਂ ਸੀਗਾ, ਨਾ ਹੀ ਆਪਣਾ ਈਵਨ ਆਪਣੇ ਫਰੀਦਕੋਟ ਵਿੱਚ ਵੀ ਇਸ ਚੀਜ਼ ਦੇਖਣ ਨੂੰ ਮਿਲੀ ਹੈ। ਪਰ ਸੰਗਰੂਰ 'ਚ ਮੈਨੂੰ ਇੰਨਾ ਵੱਡਾ ਪੱਧਰ ਤਾਂ ਨਹੀਂ ਦਿਖਾਈ ਦਿੱਤਾ, ਮੈਂ ਵੀ ਲਗਾਤਾਰ ਲੋਕਾਂ ਦਾ ਸੰਪਰਕ ਦੇ ਵਿੱਚ ਰਿਹਾ ਵਾਂ ਉੱਥੇ ਅਪ ਗਰਾਊਂਡ ਤੋਂ ਜਾਣ ਤੋਂ ਬਾਅਦ। ਉੱਥੇ ਜਿਹੜੀ ਮੈਨੂੰ ਚੇਂਜ ਇਹ ਆਈ ਹੈ ਨਾ, ਜੇਕਰ ਜਿਵੇਂ ਹੁਣ ਮਲੇਰਕੋਟਲੇ ਵਾਲੀ ਇੱਕ ਵੱਡੀ ਵੋਟ ਹੈ ਜਿਹੜੀ ਪਿਛਲੀ ਵਾਰ ਵੀ ਮਾਨ ਨੂੰ ਪਈ ਸੀਗੀ ਅਤੇ ਐਤਕੀ ਵੀ ਪੈਣ ਦੀ ਸੰਭਾਵਨਾ ਸੀ ਪੂਰੀ, ਉਹ ਵੋਟ ਵੰਡੀ ਗਈ ਹੈ ਜਿਹੜੀ ਸਾਨੂੰ ਮੈਨੂੰ ਜਿਹੜੀਆਂ ਖ਼ਬਰਾਂ 'ਚ ਮਿਲੀਆਂ ਨੇ। ਜੇ ਉਹ ਵੰਡੀ ਗਈ ਹੈ ਤਾਂ ਉਹਦੇ ਵਿੱਚ ਸਿੱਧੀ ਜਿਹੀ ਗੱਲ ਹੈਗੀ ਹੈ ਜੇ ਉਹ ਕਿ ਮਾਨ ਦੀ ਵੋਟ ਘਟੇਗੀ ਟੋਟਲੀ, ਕਿਉਂਕਿ ਨਹੀਂ ਤਾਂ ਮਾਨ ਮੁਕਾਬਲੇ ਮੀਥੀਆ ਦੇ ਵਿੱਚ ਮੁਕਾਬਲੇ ਸੀ ਨਾ, ਜੇ ਉਹ ਵੋਟ ਵੰਡ ਕੇ ਖਹਿਰੇ ਵੱਲ ਗਈ ਹੈ ਕਿਉਂਕਿ ਮੁਸਲਮਾਨ ਨੇ ਇੱਕ ਪੂਰਾ ਮੂਡ ਬਣਾਇਆ ਹੋਇਆ ਪੂਰੇ ਇੰਡੀਆ ਦੇ ਵਿੱਚ ਹੀ ਵੀ ਉਹਨੇ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ, ਬੀਜੇਪੀ ਦਾ ਡਰ ਆ ਉਹਦੇ ਕਰਕੇ ਉਹਨੇ ਜਿਹੜਾ ਕਾਂਗਰਸ ਵੱਲ ਉਹਨੇ ਵੋਟ ਦਿੱਤੀ ਹੈ ਐਤਕੀ। ਬਾਕੀ ਜੇ ਉਹ ਅੱਧੋ ਅੱਧੀ ਹੋਈ ਹੈ ਤਾਂ ਉਹਦੇ ਵਿੱਚ ਸਿੱਧੀ ਜਿਹੀ ਗੱਲ ਹੈ ਕਿ ਮੀਥੀਆ ਨੂੰ ਫਾਇਦਾ ਮਿਲ ਰਿਹਾ। ਇਸੇ ਤਰ੍ਹਾਂ ਆਪਾਂ ਬਠਿੰਡੇ ਦੀ ਗੱਲ ਕਰਦੇ ਹਾਂ, ਅਕਾਲੀ ਦਲ ਜਿਹੜਾ ਪੂਰਾ ਜ਼ੋਰ ਲਾ ਰਿਹਾ ਬਠਿੰਡੇ ਕਿਉਂਕਿ ਉੱਥੋਂ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਧਰਮ ਪਤਨੀ ਹੈ ਹਰਸਿਮਰਤ ਬਾਦਲ ਉਹ ਚੌਥੀ ਵਾਰੀ ਚੋਣ ਮੈਦਾਨ 'ਚ ਨੇ। ਉੱਥੋਂ ਹੈਵੀ ਵੇਟ ਗੁਰਮੀਤ ਸਿੰਘ ਖੁੱਡੀਆਂ ਮੰਨੇ ਜਾਂਦੇ ਨੇ, ਆਮ ਆਦਮੀ ਪਾਰਟੀ ਦੇ ਪੰਥਕ ਪਰਿਵਾਰ ਨਾਲ ਸੰਬੰਧ ਰੱਖਦੇ ਨੇ, ਉਹਨਾਂ ਦਾ ਵੀ ਕਹਿੰਦੇ ਆ ਵੀ ਪੂਰਾ ਜ਼ੋਰ ਆ ਉੱਥੇ। ਨਾਲ ਦੀ ਨਾਲ ਹੀ ਉੱਥੇ ਕਾਂਗਰਸ ਵੱਲੋਂ ਜੀਤ ਮਹਿੰਦਰ ਸਿੱਧੂ ਨੇ, ਤੇ ਉੱਥੇ ਜਿਹੜਾ ਮੁਕਾਬਲਾ ਉਹ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਔਰ ਭਾਜਪਾ ਦੇ ਪਰਮਪਾਲ ਕੌਰ ਮਲੂਕਾ, ਪਰਮਪਾਲ ਕੌਰ ਮਲੂਕਾ ਵੀ ਹੈ ਉਹਨਾਂ ਦਾ, ਹਾਲਾਂਕਿ ਉਹ ਮੈਨੂੰ ਨਹੀਂ ਲੱਗਿਆ ਵੀ ਉਸ ਤਰ੍ਹਾਂ ਉਹ ਆਪਣੀ ਕੰਪੇਨ ਉਸ ਤਰ੍ਹਾਂ ਕਰ ਸਕੇ ਨੇ। ਹਾਲਾਂਕਿ ਬੀਜੇਪੀ ਨੇ ਕਈ ਇਲਾਕਿਆਂ ਵਿੱਚ ਥੋੜ੍ਹੀ ਜਿਹੀ ਹਿੰਦੂ ਵੋਟ ਖਿੱਚੀ ਹੈ, ਹੋਰ ਕੀਤਾ ਮਤਲਬ ਬਠਿੰਡੇ ਵਿੱਚ ਮੈਨੂੰ ਨਹੀਂ ਲੱਗਿਆ ਕਿ ਐਤਕੀ ਕੋਈ ਹਿੰਦੂ ਵੋਟ ਉਸ ਤਰ੍ਹਾਂ ਦੀ ਕੋਈ ਜਿਹੜੀ ਹੈਗੀ ਹੈ ਪਈ ਹੋਈ ਦਿਖਾਈ ਦਿੱਤੀ ਹੋਊਗੀ ਵੀ ਵੱਡੇ ਉਸ ਤਰ੍ਹਾਂ ਦਾ ਪੱਧਰ ਜਿਹੜਾ ਹੈਗਾ। ਇੱਕ ਤਾਂ ਹੁੰਦੀ ਹੈ ਵੀ ਖਾਸ ਤੁਹਾਡੀ ਵੋਟ ਹੈ ਜੀ ਉਹ ਪਏਗੀ ਇੱਥੋਂ। ਮੈਨੂੰ ਜਿਹੜਾ ਉਸ ਸਮੀਕਰਨ ਉਹੀ ਪੁਰਾਣੇ ਵਾਲੇ ਹੀ ਨਜ਼ਰ ਆ ਰਿਹਾ ਜਿਹੜੇ ਮੈਂ ਤੁਹਾਨੂੰ ਕਿਹਾ ਸੀ ਵੀ ਹਰਸਿਮਰਤ ਕੌਰ ਬਾਦਲ ਅਤੇ ਖੁੱਡੀਆਂ ਦੇ ਵਿਚਕਾਰ ਤਕੜਾ ਮੁਕਾਬਲਾ, ਇਹਦੇ ਵਿੱਚੋਂ ਅਪਰ ਹੈਂਡ ਜਿਹੜਾ ਹੈਗਾ ਸ਼ਾਇਦ ਹਰਸਿਮਰਤ ਕੌਰ ਬਾਦਲ ਦਾ ਹੋ ਸਕਦਾ। ਆਪਾਂ ਪਟਿਆਲੇ ਚੱਲਦੇ ਹਾਂ, ਪਟਿਆਲੇ ਪ੍ਰਨੀਤ ਕੌਰ ਜਿਹੜੇ ਨੇ ਉਹ ਭਾਜਪਾ ਵੱਲੋਂ ਉੱਥੋਂ ਚੋਣ ਲੜ ਰਹੇ ਨੇ, ਡਾਕਟਰ ਗਾਂਧੀ ਕਾਂਗਰਸ ਵੱਲੋਂ ਨੇ ਔਰ ਡਾਕਟਰ ਬਲਬੀਰ ਸਿੰਘ ਆਮ ਆਦਮੀ ਪਾਰਟੀ ਵੱਲੋਂ ਨੇ। ਉੱਥੇ ਕਿੱਦਾਂ ਦੀਆਂ ਸਥਿਤੀਆਂ ਨੇ ਜਦੋਂ ਕਿ ਮੋਹਾਲੀ ਤੋਂ ਐਨ ਕੇ ਸ਼ਰਮਾ ਨੂੰ ਲਿਆਂਦਾ ਗਿਆ ਪਟਿਆਲੇ ਅਕਾਲੀ ਦਲ ਵੱਲੋਂ? ਕਿਉਂਕਿ ਜਿਹੜਾ ਮੋਹਾਲੀ ਦਾ ਨਾ ਡੇਰਾਬੱਸੀ ਇਲਾਕਾ ਹੈਗਾ ਉਹ ਪਟਿਆਲੇ ਲੋਕ ਸਭਾ ਹਲਕੇ ਦੇ ਵਿੱਚ ਹੀ ਆਉਂਦਾ, ਇਸ ਕਰਕੇ ਉਹ ਬਾਹਰ ਤੇ ਨਹੀਂ ਹੈਗੇ, ਉਸੇ ਲੋਕ ਸਭਾ ਹਲਕੇ ਤੋਂ ਹੀ ਹੈਗੇ ਨੇ। ਹਾਲਾਂਕਿ ਡੇਰਾਬੱਸੀ ਦਾ ਜ਼ਿਲ੍ਹਾ ਤਾਂ ਮੋਹਾਲੀ ਹੈ ਪਰ ਉਹਦਾ ਜਿਹੜਾ ਲੋਕ ਸਭਾ ਹਲਕਾ ਹੈ ਉਹ ਪਟਿਆਲਾ ਪੈਂਦਾ ਹੈਗਾ, ਇਸ ਕਰਕੇ ਉਸੇ ਜ਼ਿਲ੍ਹੇ ਤੋਂ ਆ, ਉਹ ਬਾਹਰੋਂ ਨਹੀਂ ਹੈਗੇ। ਅਤੇ ਇਹਦੇ ਵਿੱਚ ਜੋ ਚੀਜ਼ ਦੇਖਣ ਵਾਲੀ ਸੀ ਕਿ ਐਨ ਕੇ ਸ਼ਰਮਾ ਨੇ ਇੱਕ ਚੀਜ਼ ਦਾ ਨਾਰਾ ਲਾਇਆ ਸੀ ਕਿ ਦੇਖੋ ਜੀ ਕਿ ਬਾਕੀ ਸਾਰੇ ਤਾਂ ਦੂਜੀਆਂ ਪਾਰਟੀਆਂ ਤੋਂ ਲਿਆਉਂਦੇ ਹੋਏ ਨੇ ਉਹ ਦਲ ਬਦਲੂ ਨੇ, ਮੈਂ ਨਹੀਂ ਗੱਲਾਂ ਹੈਗਾ। ਹਾਲਾਂਕਿ ਡਾਕਟਰ ਬਲਵੀਰ ਸਿੰਘ ਦੇ ਉੱਤੇ ਇਹ ਗੱਲ ਨਹੀਂ ਲਾਗੂ ਹੁੰਦੀ ਅਤੇ ਗਾਂਧੀ ਨੇ ਪਾਰਟੀ ਜ਼ਰੂਰ ਬਦਲੀ ਹੈ ਪਰ ਗਾਂਧੀ ਉੱਤੇ ਦਲ ਬਦਲੂ ਵਾਲੀ ਕੈਟਾਗਰੀ ਲਾਗੂ ਨਹੀਂ ਹੁੰਦੀ ਕਿਉਂਕਿ ਉਹਦਾ ਕਾਰਨ ਕੀ ਹੈ, ਇੱਕ ਤਾਂ ਹੁੰਦਾ ਪਾਰਟੀ ਤੁਸੀਂ ਵਿਚਾਰਧਾਰਕ ਐਂਗਲ ਤੋਂ ਬਦਲਦੇ ਹੋ,
ਇੱਕ ਹੁੰਦਾ ਮੌਕੇ ਦੇ ਆਧਾਰ 'ਤੇ, ਮੌਕਾ ਪ੍ਰਸਤੀ ਦੇ ਆਧਾਰ 'ਤੇ ਬਦਲਦੇ ਆ, ਉਹਦੇ ਵਿੱਚ ਇਕੱਲੀ ਪ੍ਰਨੀਤ ਕੌਰ ਹੀ ਆਉਂਦੀ ਹੈਗੀ ਹੈ ਉਸ ਕੈਟਾਗਰੀ ਦੇ ਵਿੱਚ। ਅੱਛਾ, ਇੱਥੇ ਜਿਹੜਾ ਮੁਕਾਬਲਾ ਕਾਫੀ ਸਟਰੋਂਗ ਪੋਜੀਸ਼ਨ 'ਚ ਡਾਕਟਰ ਧਰਮਵੀਰ ਗਾਂਧੀ ਸੀਗੇ, ਅੱਜ ਜਿਹੜੀ ਕੀ ਕੁਝ ਸਮੀਕਰਨ ਚੇਂਜ ਹੋਏ ਨੇ ਕਿ ਕੁਛ ਜਿਹੜੇ ਸ਼ਹਿਰੀ ਦੋ ਤਿੰਨ ਇਲਾਕੇ ਹੈਗੇ ਨੇ ਪਟਿਆਲੇ ਦੇ ਵਿੱਚ ਪੈਂਦੇ, ਉੱਥੇ ਪ੍ਰਨੀਤ ਕੌਰ ਨੂੰ ਵੋਟ ਪਈ ਹੈ, ਉਹ ਵੋਕਲ ਪਈ ਹੈ, ਖੁੱਲ੍ਹ ਕੇ ਪਈ ਹੈ। ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਤਾਂ ਹਿੰਦੂ ਵੋਟ ਸੀ ਜਿਹੜੀ ਕੱਟੜ ਹਿੰਦੂ ਵੋਟ, ਉਹ ਪਈ ਹੈ। ਦੂਜੀ ਡੇਰੇ ਵਾਲੀ ਵੋਟ ਵੀ ਸ਼ਾਇਦ ਕੁਛ ਪਈ ਹੈ, ਕਿਉਂਕਿ ਇੱਥੇ ਦੋ ਡੇਰੇ ਨੇ ਵੈਸੇ, ਸਿਰਸਾ ਡੇਰਾ ਅਤੇ ਬਿਆਸ ਡੇਰਾ। ਇਹਨਾਂ ਡੇਰਿਆਂ 'ਚੋਂ ਕਹਿੰਦੇ ਨੇ ਕਿ ਕਿਸੇ ਇੱਕ ਡੇਰੇ ਦੀ ਜਿਹੜੀ ਵੋਟ ਉੱਥੇ ਭੁਗਤੀ ਹੈਗੀ ਆ, ਉਹਦੇ ਹੁਣ ਅਗਲੇ ਦਿਨਾਂ 'ਚ ਕਲੀਅਰ ਹੋਊਗਾ ਉਹ ਕਿਹੜੇ ਦੀ, ਕਿਉਂਕਿ ਅੱਜ ਤਾਂ ਵੋਟਾਂ ਪੈ ਰਹੀਆਂ, ਅੱਜ ਆਪਾਂ ਜਿੰਨੀ ਕੁ ਆਪਣੇ ਕੋਲ ਇੱਕ ਇਨਫੋਰਮੇਸ਼ਨ ਆ ਰਹੀ ਹੈ। ਉਸ ਹਿਸਾਬ ਨਾਲ ਕੀ ਹੋਏਗਾ ਕਿ ਪ੍ਰਨੀਤ ਕੌਰ ਜਿਹੜੀ ਮੁਕਾਬਲੇ 4th ਨੰਬਰ 'ਤੇ ਸੀਗੀ, ਉਹਨਾਂ ਦੀ ਲੜਾਈ 3rd ਜਾਂ 4th 'ਤੇ ਸੀਗੀ, ਹੋ ਸਕਦਾ ਉਹ ਮੁਕਾਬਲੇ ਦੇ ਵਿੱਚ 3rd-2 ਵਾਲੇ ਮੁਕਾਬਲੇ 'ਤੇ ਆ ਜਾਣ। ਅਤੇ ਅੱਛਾ, ਇਹਦਾ ਜਿਹੜਾ ਨੁਕਸਾਨ ਹੈ, ਇਹਦਾ ਨੁਕਸਾਨ ਮਾਰਜਨ ਵਿੱਚ ਭਾਵੇਂ ਕਿ ਪਵੇਗਾ, ਪਰ ਟੋਟਲੀ ਭਰਨ ਪੈਣ ਦੀ ਮੈਨੂੰ ਹਾਲੇ ਘੱਟ ਆਸ ਲੱਗਦੀ ਹੈ ਵੀ ਡਾਕਟਰ ਗਾਂਧੀ ਜਿਹੜੇ 1 'ਤੇ ਆਪਾਂ ਕਹਿ ਰਹੇ ਸੀ, ਉਹਨਾਂ ਦਾ ਪਾਸਾ 1 ਹੀ ਰਹੇਗਾ ਹਾਲੇ, ਕਿਉਂਕਿ ਉਹਨਾਂ ਦਾ ਪਹਿਲਾ ਮਾਰਜਨ ਬਹੁਤ ਵੱਡਾ ਸੀ, ਕਿਉਂਕਿ ਤੁਸੀਂ ਪੇਂਡੂ ਇਲਾਕੇ 'ਚ ਜਾਂਦੇ ਜਿੱਥੇ ਬੀਜੇਪੀ ਦੀ ਕੋਈ ਬੁਕਤੀ ਨਹੀਂ ਹੈਗੀ, ਉੱਥੇ ਵੀ ਗਾਂਧੀ ਚੱਲ ਰਹੇ ਸੀ। ਸ਼ਹਿਰ ਦੇ ਵਿੱਚ ਜਾਂਦੇ ਹੋ ਤਾਂ ਸ਼ਹਿਰ ਦੇ ਵਿੱਚ ਵੀ ਗਾਂਧੀ ਚੱਲ ਰਹੇ ਸੀਗੇ। ਉਸ ਕਰਕੇ ਜਿਹੜਾ ਗਾਂਧੀ ਨੂੰ ਇੱਕ ਉਹਦਾ ਆਪਣਾ ਪਰਸਨਲ ਸੰਪਰਕ ਬਹੁਤ ਸੀਗਾ, ਕਿਉਂਕਿ ਜਦੋਂ ਉਹਨੇ 19 'ਚ ਇਲੈਕਸ਼ਨ ਲੜੀ ਸੀ ਆਪਣੇ ਦਮ 'ਤੇ, ਉਦੋਂ ਵੀ ਉਹ 1,62,000 ਦੇ ਕਰੀਬ ਵੋਟ ਲੈ ਗਏ। ਸ਼ਿਵਿੰਦਰ ਜੀ, ਇਸੇ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੀ। ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੇ ਮਾਲਵਿੰਦਰ ਕੰਗ, ਉਹਨਾਂ ਨੂੰ ਟਿਕਟ ਮਿਲੀ ਹੋਈ ਆ। ਇਸੇ ਤਰ੍ਹਾਂ ਪ੍ਰੇਮ ਸਿੰਘ ਚੰਦੂ ਮਾਜਰਾ ਅਕਾਲੀ ਦਲ ਤੋਂ ਨੇ, ਕਾਂਗਰਸ ਨੇ ਵਿਜੇ ਇੰਦਰ ਸਿੰਗਲਾ ਨੂੰ ਚੋਣ ਮੈਦਾਨ 'ਚ ਉਤਾਰਿਆ ਹੋਇਆ, ਉੱਥੇ ਤੁਸੀਂ ਕੀ ਹਾਲਾਤ ਦੇਖਦੇ ਹੋ? ਭਾਜਪਾ ਵੱਲੋਂ ਡਾਕਟਰ ਸੌਰਭ ਸ਼ਰਮਾ ਨੇ ਮੇਰਾ ਖਿਆਲ। ਇੱਥੇ ਵੈਸੇ ਨਾ ਮੇਨ ਮੁਕਾਬਲਾ ਕੱਲ੍ਹ ਤੱਕ ਦੀ ਘੜੀ ਦੇ ਵਿੱਚ ਕਾਂਗਰਸ ਅਤੇ ਆਪ ਦੇ ਵਿਚਕਾਰ ਸੀ, ਆਪ ਥੋੜ੍ਹਾ ਅਪਰ ਹੈਂਡ ਸੀ ਇਹਦੇ ਵਿੱਚ। ਹੁਣ ਸਿਰਫ ਇਹ ਦੇਖਣਾ ਵੀ ਇਹਨਾਂ ਨੂੰ ਨੁਕਸਾਨ ਕਿੱਦਾਂ ਹੋ ਸਕਦਾ। ਬਸਪਾ ਦਾ ਵੀ ਇੱਥੇ ਇੱਕ ਵੋਟ ਬੈਂਕ ਹੈਗਾ, ਹੁਣ ਸਾਨੂੰ ਨਹੀਂ ਪਤਾ ਆਈ ਡੋਂਟ ਨੋ ਕਿੰਨੀ ਬਸਪਾ ਦੀ ਵੋਟ ਉੱਥੇ ਭੁਗਤੀ ਆ ਪੂਰੇ ਹਲਕੇ ਦੇ ਵਿੱਚ। ਜੇ ਤਾਂ ਬਸਪਾ ਦੀ ਪਿਛਲੀ ਵਾਰ ਤਾਂ 1,38,000 ਦੇ ਕਰੀਬ ਵੋਟ ਪੈ ਗਈ ਸੀ ਬਸਪਾ ਨੂੰ, ਜੇ ਇਹੀ ਵੋਟ ਜਿਹੜੀ ਹੈਗੀ ਆ ਇਸ ਤੋਂ ਵਧੇਗੀ ਤਾਂ ਓਬੀਅਸਲੀ ਇਹ ਨੁਕਸਾਨ ਜਿਹੜਾ ਹੈਗਾ ਵਿਜੇਂਦਰ ਸਿੰਗਲਾ ਨੂੰ ਹੋਏਗਾ, ਉਹਦਾ ਫਾਇਦਾ ਆਪ ਦੇ ਮਲਵਿੰਦਰ ਸਿੰਘ ਕੰਗ ਨੂੰ ਹੋਏਗਾ। ਇਸੇ ਢੰਗ ਨਾਲ ਜਿਹੜੀ ਬੀਜੇਪੀ ਵਾਲੀ ਵੋਟ ਜੇ ਥੋੜ੍ਹੀ ਵੱਧਦੀ ਹੈ ਉਹਦਾ ਸ਼ਾਇਦ ਨੁਕਸਾਨ ਜਿਹੜਾ ਹੈਗਾ ਦੋਵਾਂ ਨੂੰ ਹੀ ਹੋਏਗਾ, ਉਹਦੇ ਵਿੱਚ ਫਿਰ ਮੁਕਾਬਲੇ ਦਾ ਅੰਤਰ ਘੱਟ ਜੂਗਾ। ਸੋ ਇਹ ਸੀਟ ਕਾਫੀ ਡਿਫੀਕਲਟ ਜੀ ਸੀਟ ਹੈ, ਮੈਨੂੰ ਲੱਗਦਾ ਕਿ ਇਹਦੇ 'ਤੇ ਕਾਂਗਰਸ ਅਤੇ ਜਿਹੜਾ ਆਪ ਦੇ ਵਿਚਕਾਰ ਮੁਕਾਬਲਾ ਬਹੁਤ ਘੱਟ ਵੋਟਾਂ ਦੇ ਫਰਕ ਦੇ ਨਾਲ ਹੋਏਗਾ। ਹਾਲ ਦੀ ਘੜੀ ਅਸੀਂ ਜਿਹੜਾ ਹੈਗਾ ਇਹ ਮੰਨ ਕੇ ਚੱਲ ਰਹੇ ਹਾਂ ਕਿ ਮਾਲਵਿੰਦਰ ਕੰਗ ਦਾ ਹੱਥ ਉੱਤੇ ਹੈ। ਸ਼ਿਵਿੰਦਰ ਜੀ, ਲੁਧਿਆਣਾ ਤੋਂ ਰਾਜਾ ਵੜਿੰਗ ਜਿਹੜੇ ਆ, ਵਧੀਆ ਕੰਪੇਨ ਕੀਤੀ ਉਹਨਾਂ ਨੇ, ਚੋਣਾਂ ਅੱਜ ਪੈ ਗਈਆਂ ਨੇ, ਉਹ ਤੋਂ ਬਾਅਦ ਉਹ ਸਾਰੇ ਪਾਰਟੀ ਦੇ ਵਰਕਰਸ ਨੂੰ ਵੀ ਮਿਲੇ, ਸਾਰੀਆਂ ਪਾਰਟੀਆਂ ਦੇ ਬੂਥਾਂ ਤੇ ਗਏ, ਉੱਥੇ ਜਿਹੜੇ ਲੋਕ ਬੈਠੇ ਹੋਏ ਸੀ ਬੂਥਸ ਦੇ ਉੱਤੇ ਉਹਨਾਂ ਨਾਲ ਹੱਥ ਮਿਲਾਇਆ, ਜੱਫੀਆਂ ਪਵਾਈਆਂ, ਸੈਲਫੀਆਂ ਵੀ ਖਿਚਾਈਆਂ। ਰਵਨੀਤ ਬਿੱਟੂ ਵੀ ਉੱਥੋਂ ਹੀ ਚੋਣ ਲੜ ਰਹੇ ਆ, ਭਾਜਪਾ ਦੇ ਉਮੀਦਵਾਰ ਨੇ। ਔਰ ਇਹ ਸਭ ਦੇ ਵਿੱਚ ਸੱਤਾਰੂੜ ਪਾਰਟੀ ਆਮ ਆਦਮੀ ਪਾਰਟੀ ਦੇ ਪੱਪੀ ਪਰਾਸ਼ਰ ਜਿਹੜੇ ਸਿਟਿੰਗ MLA ਨੇ ਉਹ ਵੀ ਚੋਣ ਮੈਦਾਨ 'ਚ ਨੇ, ਤੇ ਅਕਾਲੀ ਦਲ ਬਾਦਲ ਵੱਲੋਂ ਰਣਜੀਤ ਸਿੰਘ ਢਿੱਲੋਂ ਨੇ। ਲੁਧਿਆਣੇ ਦੇ ਹਾਲ ਦੱਸੋ ਤੁਸੀਂ ਵੀ, ਲੁਧਿਆਣੇ 'ਚ ਕੀ ਆ? ਲੁਧਿਆਣੇ ਦੇ ਵਿੱਚ ਨਾ ਲਗਭਗ ਸੀਨ ਹੋਈ ਹੈ ਜਿਹੜਾ ਪਹਿਲਾਂ ਆਪਾਂ ਚਿਤਰਿਆ ਸੀਗਾ। ਜਿਹੜੀ ਬੀਜੇਪੀ ਦੀ ਸ਼ਹਿਰੀ ਵੋਟ ਆ ਉਹ ਵੀ ਮਤਲਬ ਉਹ ਪਈ ਤਾਂ ਹੈ ਬੀਜੇਪੀ ਨੂੰ, ਜਿਹੜਾ ਹਰੇਕ ਪਾਰਟੀ ਦਾ ਕੋਰ ਬੈਂਕ ਵੋਟ ਬੈਂਕ ਹੁੰਦਾ ਉਹ ਥੋੜ੍ਹਾ ਜਿਹਾ ਵਧਿਆ ਵੀ ਹੋ ਸਕਦਾ। ਪਰ ਉਹਦੇ ਵਿੱਚ ਇੱਕ ਵੱਡੀ ਦਿੱਕਤ ਇਹ ਆ ਰਹੀ ਹੈ ਕਿ ਜਿਹੜਾ ਬੀਜੇਪੀ ਦਾ ਆਪਣਾ ਵੋਟਰ ਹੈ
ਜੋ ਬੀਜੇਪੀ ਨੂੰ ਪਸੰਦ ਕਰਦਾ ਉਹ ਰਵਨੀਤ ਬਿੱਟੂ ਨੂੰ ਪਸੰਦ ਨਹੀਂ ਕਰ ਰਿਹਾ। ਹਾਲਾਂਕਿ ਪ੍ਰਵਾਸੀ ਵੋਟ ਬੀਜੇਪੀ ਦਾ ਹੈਗਾ ਹੱਥ ਪ੍ਰਵਾਸੀ ਵੋਟ ਦੇ ਉੱਤੇ, ਪਰ ਰਵਨੀਤ ਬਿੱਟੂ ਇੱਕ ਵੱਡੀ ਦਿੱਕਤ ਆਈ ਹੈਗੀ, ਉਹਦੇ ਨਿੱਜੀ ਸ਼ਖਸੀਅਤ ਇੱਕ ਦਿੱਕਤ ਹੈਗੀ ਆ। ਇਸੇ ਤਰ੍ਹਾਂ ਪੱਪੀ ਪਰਾਸ਼ਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ, ਉਹਨਾਂ ਦਾ ਸ਼ਹਿਰੀ ਖਿੱਤੇ ਤੱਕ ਤਾਂ ਮਾੜਾ ਮੋਟਾ ਆਧਾਰ ਹੈਗਾ, ਪਰ ਜਿਹੜਾ ਪੇਂਡੂ ਖਿੱਤੇ ਵਿੱਚ ਉਹ ਨਦਾਰਦ ਦਿਖਾਈ ਦੇ ਰਹੇ ਹੈਗੇ ਨੇ। ਅਕਾਲੀ ਦਲ ਨੇ ਆਪਣੀ ਸਟਰਗਲ ਦੇ ਵਿੱਚ, ਕਿਉਂਕਿ ਉਹਦੀ ਜ਼ਮੀਨ ਮੇਨ ਸੀ ਪਿੰਡ, ਪੰਜਾਬ ਦੇ ਪਿੰਡਾਂ ਵਿੱਚੋਂ ਕੱਟਿਆ ਹੋਇਆ, ਭਾਵੇਂ ਕਿ ਉਹਨੇ ਕੋਸ਼ਿਸ਼ ਕਰੇਗਾ ਕਿ ਕੁਛ ਵੋਟ ਉਹ ਲਿਆਂਦੀ ਜਾਵੇ। ਇਹ ਤਮਾਮ ਸਮੀਕਰਨਾਂ ਦਾ ਫਾਇਦਾ ਜਿਹੜਾ ਕਾਂਗਰਸ ਪਾਰਟੀ ਨੂੰ ਹੁੰਦਾ ਦਿਖਾਈ ਦੇ ਰਿਹਾ ਇੱਥੋਂ। ਤੇ ਜਲੰਧਰ 'ਚ ਕੀ ਹਾਲਾਤ ਦੇਖਦੇ ਹੋ ਤੁਸੀਂ, ਜਿੱਥੇ ਚਰਚਿਤ ਆਗੂ ਭਾਜਪਾ 'ਚ ਚਲੇ ਗਏ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਚੋਣ ਲੜ ਰਹੇ ਨੇ, ਅਕਾਲੀ ਦਲ ਤੋਂ ਆਮ ਆਦਮੀ ਪਾਰਟੀ 'ਚ ਆ ਗਏ ਪਵਨ ਕੁਮਾਰ ਟੀਨੂ ਚੋਣ ਲੜ ਰਹੇ ਨੇ, ਕਾਂਗਰਸ ਛੱਡ ਕੇ ਅਕਾਲੀ ਦਲ 'ਚ ਚਲੇ ਗਏ ਮਹਿੰਦਰ ਸਿੰਘ ਕੇਪੀ ਉਹ ਚੋਣ ਲੜ ਰਹੇ ਨੇ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਨ ਜਿਹੜੀ ਹੈ ਉਹ ਚੋਣ ਲੜ ਰਹੇ ਨੇ, ਔਰ ਇਸੇ ਤਰ੍ਹਾਂ ਬਸਪਾ ਦਾ ਆਧਾਰ ਵੀ ਇੱਥੇ ਮੰਨਿਆ ਜਾਂਦਾ, ਤੇ ਇੱਥੋਂ ਬਲਵਿੰਦਰ ਕੁਮਾਰ ਜਿਹੜੇ ਨੇ ਉਹ ਵੀ ਚੋਣ ਮੈਦਾਨ 'ਚ ਨੇ। ਦੇਖੋ ਇੱਥੇ ਪਹਿਲਾਂ ਅਸੀਂ ਜਦੋਂ ਗਰਾਊਂਡ 'ਚੋਂ ਆਏ ਸੀ ਉਦੋਂ ਚੰਨੀ ਉੱਤੇ ਸੀਗੇ, ਹੁਣ ਵੀ ਲਗਭਗ ਹਾਲਤ ਕੋਈ ਬਦਲੀ ਨਹੀਂ ਹੈਗੀ, ਕਿਉਂਕਿ ਚੰਨੀ ਕੋਲ ਇੱਕ ਤਾਂ ਐਡਵਾਂਟੇਜ ਇਹ ਹੈਗਾ ਕਿ ਬਾਕੀ ਸਾਰੇ ਦਲ ਬਦਲੂਗਾ, ਮੈਂ ਆਪਣੀ ਪਾਰਟੀ ਨਾਲ ਹੀ ਜੁੜਿਆ ਹੋਇਆ, ਫਿਰ ਡੇਰਾ ਪੱਲਾ ਆ ਜਾਂਦਾ। ਉਰੇ ਜਿਹੜਾ ਦਲਿਤ ਆਈਡੈਂਟੀ ਦਾ ਮਸਲਾ ਇੱਕ ਵੱਡਾ ਮਸਲਾ ਹੈਗਾ ਜਲੰਧਰ ਦਾ, ਜੇ ਆਪਾਂ ਦੀ ਗੱਲ ਕਰੀਏ ਇਲਾਕੇ ਦੀ, ਮੇਨ ਦੁਆਬਾ ਗੜ੍ਹ ਇਹਦੇ ਵਿੱਚ, ਇੱਥੇ ਜਾਤੀ ਇਸ਼ੂ ਵੱਡਾ ਥਾ, ਉਹਦੇ ਵਿੱਚ ਵੀ ਜਾਤੀ ਇਸ਼ੂ ਵਿੱਚੋਂ ਵੀ ਜਿਹੜਾ ਨਾ ਜਾਤੀ ਆਈਡੈਂਟੀ ਦੇ ਮਸਲੇ ਵਿੱਚੋਂ ਵੀ ਉਹ ਭਾਈਚਾਰੇ ਦੀ ਚੰਗੀ ਵੋਟ ਆ ਜਿਹੜੇ ਭਾਈਚਾਰੇ 'ਚੋਂ ਚੰਨੀ ਆਉਂਦੇ ਹੈਗੇ ਨੇ। ਚੰਨੀ ਜਿਹੜੇ ਦਲਿਤਾਂ ਦੇ ਜਿਹੜੇ ਭਾਈਚਾਰੇ 'ਚੋਂ ਆਉਂਦੇ ਨੇ ਉਸ ਭਾਈਚਾਰੇ ਦੀ ਚੰਗੀ ਵੋਟ ਆ, ਅਤੇ ਉਹ ਭਾਈਚਾਰੇ ਦੀ ਖਾਸੀਅਤ ਵੀ ਰਹੀ ਹੈ ਕਿ ਉਹਦੀ ਵੋਟ ਤਾਂ ਇਕੱਠੀ ਪੈ ਜਾਂਦੀ ਹੈ, ਟੁੱਟਦੀ ਨਹੀਂ ਹੈਗੀ। ਹਾਲਾਂਕਿ ਆਦਰਸ਼ ਜਿਹੜੇ ਦਲਿਤ ਜਾਤੀਆਂ ਨੇ ਉਹਨਾਂ ਦੀ ਵੋਟ ਫਿਰ ਵੀ ਡਿਵਾਈਡ ਹੋ ਜਾਂਦੀ ਹੁੰਦੀ ਹੈ, ਵੰਡੀ ਜਾਂਦੀ ਹੁੰਦੀ ਹੈ, ਅਤੇ ਇਸ ਕਰਕੇ ਮੈਨੂੰ ਲੱਗਦਾ ਕਿ ਹਾਲ ਦੀ ਘੜੀ ਮੈਨੂੰ ਸੋਲਿਡ ਉਮੀਦਵਾਰ, ਜ਼ਿਆਦਾ ਸੋਲਿਡ ਉਮੀਦਵਾਰ ਸਗੋਂ ਜਲੰਧਰ ਤੋਂ ਚਰਨਜੀਤ ਚੰਨੀ ਦਿਖਾਈ ਦੇ ਰਹੇ ਹੈ। ਇਸੇ ਤਰ੍ਹਾਂ ਅਗਰ ਆਪਾਂ ਗੱਲ ਕਰੀਏ ਹੁਸ਼ਿਆਰਪੁਰ ਦੀ, ਤਾਂ ਹੁਸ਼ਿਆਰਪੁਰ ਦੇ ਵਿੱਚ ਕੀ ਸਥਿਤੀ ਤੁਹਾਨੂੰ ਨਜ਼ਰ ਆਉਂਦੀ ਹੈ? ਹੁਸ਼ਿਆਰਪੁਰ 'ਚ ਇੱਕ ਤਾਂ ਸੋਮ ਪ੍ਰਕਾਸ਼ ਉਹਨਾਂ ਦੀ ਵਾਈਫ ਚੋਣ ਲੜ ਰਹੇ ਹੈਗੇ ਨੇ, ਪੁਰਾਣੇ ਬੀਜੇਪੀ ਦਾ ਇੱਥੋਂ ਜਿੱਤਿਆ ਹੋਇਆ ਇਲਾਕਾ, ਪਰ ਉਹ ਯਾਦ ਰੱਖੋ ਕਿ ਅਕਾਲੀ ਦਲ ਦੀ ਸਪੋਰਟ ਨਾਲ ਜਿੱਤਿਆ ਹੋਇਆ ਸੀ। ਅਕਾਲੀ ਦਲ ਨੇ ਹਾਲੇ ਹੁਣੀ ਹੁਣੀ ਕੈਂਡੀਡੇਟ ਕਈ ਸਾਲਾਂ ਬਾਅਦ ਦੁਬਾਰੇ ਦਿੱਤਾ ਇੱਥੋਂ, ਕਿਉਂਕਿ 96 'ਚ ਵੀ ਅਕਾਲੀ ਦਲ ਦਾ ਕੈਂਡੀਡੇਟ ਨਹੀਂ ਸੀਗਾ। ਤੁਸੀਂ ਦੇਖੋ ਕਿ ਉਹਨਾਂ ਨੇ ਘੱਟੋ ਘੱਟ ਤੁਸੀਂ ਮੰਨ ਕੇ ਚੱਲੋ ਵੀ 30 ਸਾਲ 26 ਸਾਲ ਹੋ ਜਾਣੇ ਆ ਵੀ ਅਕਾਲੀ ਦਲ ਦਾ ਇੱਥੇ ਕੈਂਡੀਡੇਟ ਨਹੀਂ ਸੀਗਾ, 28 ਸਾਲ ਤੋਂ। ਇਸ ਕਰਕੇ ਅਕਾਲੀ ਦਲ ਨੂੰ ਬਹੁਤ ਮਿਹਨਤ ਕਰਨੀ ਪੈਣੀ ਸੀ ਅਕਾਲੀ ਦਲ ਇਸ ਲਈ, ਹੋ ਸਕਦਾ ਵੀ ਇੱਥੇ ਕਾਫੀ ਪੁਜੀਸ਼ਨ ਦੇ ਵਿੱਚ ਪਿੱਛੇ ਹੋਵੇ, ਪਰ ਉਹਨੇ ਜਿਹੜਾ ਉਹਦੀ ਵੋਟ ਹੈਗੀ ਹੈ ਉਹਦੀ ਵੋਟ ਆਮ ਕਰਕੇ ਪੈ ਜਾਂਦੀ ਹੁੰਦੀ ਸੀ ਬੀਜੇਪੀ। ਇੱਕ ਧਾਰਨਾ ਪੰਜਾਬ 'ਚ ਮੰਨੀ ਜਾਂਦੀ ਹੈ ਕਿ ਬੀਜੇਪੀ ਦੀ ਵੋਟ ਜਦੋਂ ਗੱਠਜੋੜ ਹੁੰਦਾ ਸੀ ਦੋਹਾਂ ਦਾ, ਉਹਦਾ ਅੰਨੇ ਅਕਾਲੀ ਦਲ ਨੂੰ ਨਹੀਂ ਪੈਂਦੀ ਹੁੰਦੀ ਸੀ, ਪਰ ਅਕਾਲੀ ਦਲ ਵਾਲੀ ਬੀਜੇਪੀ ਨੂੰ ਪੈ ਜਾਂਦੀ ਹੁੰਦੀ ਸੀਗੀ ਵੋਟ। ਅਤੇ ਇਹ ਇੱਕ ਚੀਜ਼ ਦਾ ਜਿਹੜਾ ਹੈਗਾ ਹੁਣ ਗੱਠਜੋੜ ਟੁੱਟਣ ਤੋਂ ਬਾਅਦ ਜਿਹੜਾ ਬੀਜੇਪੀ ਨੂੰ ਇਹਦਾ ਲੌਸ ਹੋਣ ਦੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸ਼ਹਿਰੀ ਜਿਹੜੀ ਵੋਟ ਆ, ਅੱਜ ਮੈਂ ਸੰਪਰਕ ਰਾਹੀਂ ਪਤਾ ਕੀਤਾ, ਉਹ 'ਚ ਜਿਹੜਾ ਅਪਰ ਕਲਾਸ ਸ਼ਹਿਰੀ ਕਹਾਉਂਦਾ ਵਰਗ ਆ ਉਹ ਬੀਜੇਪੀ ਨੂੰ ਗਈ ਹੈ ਵੋਟ, ਪਰ ਜਿਹੜਾ ਕੰਢੀ ਏਰੀਆ ਹੋ ਗਿਆ, ਕੰਢੀ ਏਰੀਏ ਵਿੱਚ ਬੀਜੇਪੀ ਦਾ ਵਿਰੋਧ ਆ, ਸੋਮ ਪ੍ਰਕਾਸ਼ ਦਾ ਵੀ ਵਿਰੋਧ ਹੈਗਾ, ਆਮ ਆਦਮੀ ਪਾਰਟੀ ਦਾ ਕੈਂਡੀਡੇਟ ਨੇ ਪਾਰਟੀ ਬਦਲੀ ਹੋਈ ਸੀ ਇਸ ਕਰਕੇ ਉਹਦਾ ਵਿਰੋਧ ਹੈਗਾ, ਅਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਭਾਵੇਂ ਕਿ ਅਪਰ ਸੀ ਉਹਦਾ ਵਿਰੋਧ ਨਹੀਂ ਸੀ, ਪਰ ਉਹ ਨਵੀਂ ਹੋਣ ਕਰਕੇ, ਹਾਲਾਂਕਿ ਉਹਨੇ ਇੱਕ ਵਾਰ ਆਮ ਆਦਮੀ ਪਾਰਟੀ ਤੋਂ ਵੀ ਟਿਕਟ ਲੜੀ ਸੀ, ਪਰ ਉਸ ਤਰ੍ਹਾਂ ਪ੍ਰੋਫੈਸ਼ਨਲ ਪੇਸ਼ੇਵਰ ਜਿਹੜਾ ਉਹ ਸਿਆਸੀ ਲੀਡਰ ਨਹੀਂ ਹੈਗੀ ਉਹ, ਉਸ ਕਰਕੇ ਇਹ ਸੀਟ ਨਾ ਅਸਲ ਵਿੱਚ ਆਪ ਅਤੇ ਕਾਂਗਰਸ ਦੇ ਵਿਚਕਾਰ ਵੱਡੀ ਹੋਈ ਆ,
ਥੋੜ੍ਹਾ ਜਿਹਾ ਆਪ ਨੂੰ ਐਡਵਾਂਟੇਜ ਮਿਲ ਰਿਹਾ ਵਾ ਕਿ ਆਪ ਦੇ ਕੋਲ ਥੋੜ੍ਹਾ ਜਿਹਾ ਉਮੀਦਵਾਰ ਹਾਲੇ ਤਕੜਾ ਉਮੀਦਵਾਰ ਆ, ਹਾਲਾਂਕਿ ਉਹਨਾਂ ਦਾ ਵਿਰੋਧ ਜਿਹੜਾ ਹੈਗਾ ਉਹ ਉਹਨਾਂ ਦੇ ਆਪਣੇ ਇਲਾਕੇ 'ਚੋਂ ਜ਼ਰੂਰ ਹੋ ਰਿਹਾ ਹੈਗਾ, ਪਰ ਮੈਨੂੰ ਜੇ ਅਸੀਂ ਓਵਰਆਲ ਦੇਖੀਏ ਓਵਰਆਲ ਜਿਹੜਾ ਹੈਗਾ ਉਹ ਮੈਨੂੰ ਹਾਲੇ ਲੱਗਦਾ ਵੀ ਆਪ ਦਾ ਕੈਂਡੀਡੇਟ ਦੀ ਹਾਲਤ ਥੋੜ੍ਹੀ ਮਜ਼ਬੂਤ ਹੈ। ਫਤਿਹਗੜ੍ਹ ਦੇ, ਕਿਉਂਕਿ ਅੱਜ ਮੈਂ ਖੁਦ ਫਤਿਹਗੜ੍ਹ ਸਾਹਿਬ ਹਲਕੇ ਵਿੱਚ ਸੀ ਤਾਂ ਕਰਕੇ ਫਤਿਹਗੜ੍ਹ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਨਾ ਆਪ ਅਤੇ ਕਾਂਗਰਸ ਦੇ ਵਿੱਚ ਪੇਚਾ ਫਸਿਆ ਹੋਇਆ। ਮੈਨੂੰ ਲੱਗਦਾ ਵੀ ਇਹ ਵੀ ਇੱਕ ਇਹੋ ਜਿਹਾ ਹਲਕਾ ਹੋਏਗਾ ਜਿੱਥੇ ਬਹੁਤ ਘੱਟ ਵੋਟਾਂ ਦੇ ਨਾਲ ਫੈਸਲਾ ਹੋਏਗਾ। ਕਈ ਥਾਵਾਂ ਦੇ ਉੱਤੇ ਕਾਂਗਰਸ ਦਾ ਅਪਰਹੈਂਡ ਹੈ, ਰਾਏਕੁੱਟ ਵਿਧਾਨ ਸਭਾ ਹਲਕਾ ਪੈਂਦਾ, ਫਿਰ ਜਿਹੜਾ ਦੂਜਾ ਖੰਨਾ ਵਿਧਾਨ ਸਭਾ ਹਲਕਾ ਪੈਂਦਾ ਇੱਥੇ ਕਾਂਗਰਸ ਦਾ ਹੈ, ਅਤੇ ਦੂਜੇ ਹੋਰ ਜਿਹੜੇ ਵਿਧਾਨ ਸਭਾ ਹਲਕੇ ਆ ਉੱਥੇ ਆਪ ਦਾ ਵਾ। ਮਤਲਬ ਇਹਨਾਂ ਦੇ ਵਿਚਕਾਰ ਹੀ ਇੱਕ ਤਰ੍ਹਾਂ ਦੀ ਉਹ ਹੈਗੀ ਹੈ ਨੂਰਾ ਕੁਸ਼ਤੀ ਹੈ। ਇਸ ਨੂਰਾ ਕੁਸ਼ਤੀ ਦੇ ਵਿੱਚੋਂ ਪੁਰਾਣਾ ਐਕਸਪੀਰੀਅੰਸ ਆ ਜਿਹੜਾ ਡਾਕਟਰ ਅਮਰ ਸਿੰਘ ਦਾ ਕਾਂਗਰਸ ਦੇ ਉਮੀਦਵਾਰ ਦਾ, ਉਹ ਸ਼ਾਇਦ ਉਹਨਾਂ ਦੇ ਕੰਮ ਆ ਸਕਦਾ। ਜੀ ਸ਼ਿਵਿੰਦਰ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਇਸ ਪ੍ਰੋਗਰਾਮ ਲਈ ਦਿੱਤਾ ਤੇ 13 ਦੇ 13 ਲੋਕ ਸਭਾ ਹਲਕਿਆਂ ਦਾ ਹਾਲ ਜਿਹੜਾ ਉਹ ਦੱਸਿਆ ਦਰਸ਼ਕਾਂ ਨੂੰ, ਸੁਣਨ ਵਾਲਿਆਂ ਨੂੰ ਵੀ 13 ਦੇ 13 ਲੋਕ ਸਭਾ ਹਲਕਿਆਂ ਦੇ ਵਿੱਚ ਲੋਕਾਂ ਨੇ ਕਿੱਦਾਂ ਵੋਟ ਕੀਤੀ, ਕਿਹੜੇ ਉਮੀਦਵਾਰ ਨੂੰ ਵੱਲ ਜ਼ਿਆਦਾ ਉਹਨਾਂ ਦਾ ਝੁਕਾ ਰਿਹਾ, ਰੁਝਾਨ ਰਿਹਾ, ਤੇ ਕਿੱਦਾਂ ਦੇ ਚੋਣ ਨਤੀਜੇ ਜਿਹੜੇ ਆ ਉਹ ਸਾਹਮਣੇ ਆ ਸਕਦੇ ਆ 4 ਤਰੀਕ ਨੂੰ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ, ਸ਼ੁਕਰੀਆ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।